ਸਤਿ ਸ਼੍ਰੀ ਅਕਾਲ ਜੀ ਸਟਾਰ ਕੈਨੇਡਾ ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਗੁਰਪ੍ਰੀਤਮ ਲੋਵ ਨੂੰ ਸਵਾਗਤ ਹੈ। ਅੱਜ ਅਸੀਂ ਮੁੱਦੇ ਦੀ ਗੱਲ ਦੇ ਵਿੱਚ ਅੱਜ ਗੱਲਬਾਤ ਕੀਤੀ ਜਾਏਗੀ ਲਖੀਮਪੁਰ ਖਰੀਦ ਘਟਨਾ ਨੂੰ ਲੈ ਕੇ ਕਿਉਂਕਿ ਜਿਹੋ ਜੀ ਹਿੰਸਕ ਤੇ ਨਿੰਦਣ ਜੋ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਨਹੀਂ ਪੂਰੇ ਵਿਦੇਸ਼ਾਂ ਦੇ ਵਿੱਚ ਵੀ ਵੱਖ-ਵੱਖ ਵਿਦੇਸ਼ਾਂ ਦੇ ਵਿੱਚ ਵੀ ਲਗਾਤਾਰ ਲੋਕਾਂ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਜਿਸ ਦੇ ਹਿਸਾਬ ਦੇ ਨਾਲ ਕਿਸਾਨਾਂ ਨੂੰ ਡਰ ਲਿਆ ਗਿਆ ਤੇ ਇਸ ਸਬੰਧ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜਸਪ੍ਰੀਤ ਅਸ਼ਕੀ ਜੀ ਅਸ਼ਕੀ ਸਾਹਿਬ ਤੁਹਾਡਾ ਥੈਂਕ ਯੂ ਬਹੁਤ ਜਸਵੰਤ ਜੀ ਕੀ ਕਹੋਗੇ ਕਿ ਲਖੀਮਪੁਰ ਖਰੀ ਘਟਨਾ ਵਾਪਰੀ ਹੈ ਬਿਹਤ ਨਿੰਦਣਯੋਗ ਹੈ ਹਾਲੇ ਤੱਕ ਦੋਸ਼ੀਆਂ ਦੇ ਖਿਲਾਫ ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਕਾਰਵਾਈ ਜ਼ਰੂਰ ਅਮਲ ਦੇ ਵਿੱਚ ਲਿਆਂਦੀ ਹੈ ਲੇਕਿਨ ਪ੍ਰੈਕਟੀਕਲੀ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕਿਸੇ ਨੂੰ ਅਰੈਸਟ ਨਹੀਂ ਕੀਤਾ ਗਿਆ ਗੁਰਪ੍ਰੀਤ ਜੀ ਪਹਿਲਾਂ ਥੋੜਾ ਟਾਈਮ ਪਹਿਲਾਂ ਸੁਣਦੇ ਸੀਗੇ ਕਿ ਅਮੀਰ ਬੰਦਾ ਜਾਂ ਪਾਵਰਫੁੱਲ ਬੰਦਾ ਮਾੜੇ ਬੰਦਿਆਂ ਨੂੰ ਗਰੀਬਾਂ ਨੂੰ ਕਿਵੇਂ ਮਕੋੜੇ ਜਾਣਦਾ ਜੀ ਜਾਇ ਹੈ ਕਈ ਵਾਰ ਕਹੀਏ ਕਿ ਰੋਡ ਤੇ ਚੱਲਦੇ ਜੇ ਵੱਡੀ ਗੱਡੀ ਛੋਟੀ ਗੱਡੀ ਵਾਲੇ ਨੂੰ ਕਿਵੇਂ ਮਕੋੜੇ ਸਮਝੀਏ ਤੇ ਈਜ਼ੀਲੀ ਕੋ ਚਲ ਦੰਦੀ ਆ ਜੀ ਇਹ ਕੇਵਲ ਕਹਾਵਤਾਂ ਚ ਗੱਲਾਂ ਚ ਹੁੰਦਾ ਸੀ ਪਰ ਹੁਣ ਅਸਲੀਅਤ ਚ ਵੀ ਦਿਖਣ ਨੂੰ ਆ ਗਿਆ ਆ ਕਿ ਕਿਸ ਤਰੀਕੇ ਨਾਲ ਇੱਕ ਗੱਡੀ ਇੱਕ ਸ਼ਾਹੂਕਾਰ ਦੀ ਲਾ ਲਓ ਇੱਕ ਪਾਵਰਫੁੱਲ ਦੀ ਲਾ ਲਓ ਇੱਕ ਲੀਡਰ ਦੀ ਲਾ ਲਓ ਇੱਕ ਮੁਖੀ ਦੀ ਲਾ ਲਓ ਹਰ ਤਰੀਕੇ ਨਾਲ ਮਤਲਬ ਉੱਪਰਲੇ ਰੈਂਕ ਵਾਲਾ ਬੰਦਾ ਇਹ ਥੱਲੇ ਡੇੜਾ ਨੂੰ ਕਿਵੇਂ ਦੱਬਦਾਇਆ ਕਿਵੇਂ ਜਿਹੜਾ ਰੋਂਦਾ ਆ ਉਹ ਦੇਖਣ ਨੂੰ ਮਿਲਿਆ ਆ ਉਸ ਤੋਂ ਬਾਅਦ ਵੀ ਕਾਰਵਾਈ ਨਾ ਹੋਣਾ ਬੇहद ਸ਼ਰਮਿੰਦਾ ਜਨਕ ਇੱਕ ਵਿਸ਼ਾ ਹੋ ਗਿਆ ਆ ਕਿਉਂਕਿ ਸਾਫ ਪਤਾ ਲੱਗਦਾ ਕਿ ਗੱਡੀ ਆਉਂਦੀ ਆ ਕਿਸੇ ਇੱਕ ਬੰਦੇ ਦੀ ਨੰਬਰ ਦੀ ਗੱਡੀ ਆ ਐਕਸੀਡੈਂਟ ਕਰਦੀ ਆ ਡੇੜ ਦੀ ਆ ਥੱਲੇ ਪੂਰੀ ਬੁਰੀ ਮਨਸ਼ਾ ਹੁੰਦੀ ਆ ਕਿ ਬੰਦੇ ਨੂੰ ਮਾਰਨਾ ਡੇੜ ਦੀ ਆ ਨਿਕਲਦੀ ਆ ਅੱਗੇ ਚਲੇ ਜਾਂਦੀ ਆ ਉਸ ਤੋਂ ਬਾਅਦ ਗੁੱਸੇ ਦੇ ਵਿੱਚ ਕਿਸਾਨ ਵੀ ਜੋ ਆਪਣੇ ਕਾਰਵਾਈ ਕਰਦੇ ਨੇ ਉਹ ਪੂਰੀ ਘਟਨਾ ਵਾਪਰਦੀ ਆ ਪਰ ਕਾਰਵਾਈ ਨਾ ਹੋਣਾ ਆਮ ਕਰਕੇ ਇੱਕ ਇਨਸਾਨ ਕਦੇ ਰੋਡ ਤੇ ਚ ਜਾਂਦਾ ਦੇਖੋਗੇ ਤੇ ਉਹਦੇ ਵਿੱਚ ਜੇ ਕੋਈ ਗੱਡੀ ਵੱਜ ਕੇ ਨਿਕਲ ਗਈ ਨਾ ਫਿਰ ਵੱਜੇ ਜਾ ਐਕਸੀਡੈਂਟ ਹੋਏ ਤੇ ਉਹਨੂੰ ਟ੍ਰੇਸ ਕਰ ਲਿੱਤਾ ਜਾਂਦਾ ਉਹਦਾ ਨੰਬਰ ਕੱਢਿਆ ਜਾਂਦਾ ਜਿਹੜਾ ਡਰਾਈਵਰ ਕਿਹੜਾ ਮਰਜੀ ਆ ਕਿਹੜਾ ਨਹੀਂ ਕੋਈ ਨਹੀਂ ਲੱਭਦਾ ਜਿਹੜਾ ਮਾਲਕ ਆ ਨਾ ਗੱਡੀ ਦਾ ਉਹਨੂੰ ਉਹਨੂੰ ਜ਼ਰੂਰ ਅਰੈਸਟ ਕਰ ਲਿੱਤਾ ਜਾਂਦਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਹੁੰਦੀ ਆ ਵੀ ਭਾਈ ਤੇਰੀ ਗੱਡੀ ਸੀ ਤੂੰ ਦੱਸ ਵੀ ਕੌਣ ਸੀ ਅਜਿਹਾ ਈਕਵਲ ਜ਼ਰੂਰ ਹੈ ਜਿਹਦੇ ਪੀ ਜਿਹਦੇ ਕੋਲ ਜਿਹਦੇ ਨਾ ਕਿਹੜੇ ਕੇਸ ਦੇ ਸਬੂਤ ਹੁੰਦੇ ਨੇ ਉਹਨਾਂ ਦੇ ਨਾਲ ਨਹੀਂ ਕੋਈ ਕਾਰਵਾਈ ਹੁੰਦੀ ਜਿਹਨਾਂ ਸਬੂਤ ਨਹੀਂ ਹੁੰਦੇ ਉਹਨਾਂ ਦੇ ਮਗਰ ਪੱਛੇ ਭਜਦੇ ਨੇ ਮਤਲਬ ਕਿ ਵੀ ਬਰੀਕੀ ਨਾਲ ਹਰੇਕ ਫੋਰੈਂਸਿਕ ਲੈਬ ਦੀ ਟੀਮ ਆਉਂਦੀ ਆਈ ਹਾਂ ਦਾ ਇਹ ਤਾਂ ਬਿਲਕੁਲ ਸਾਫ ਜੱਗ ਜਾਹਰ ਗੱਲ ਹੈ ਸਾਰੀ ਚੀਜ਼ਾਂ ਕਲੀਅਰ ਨੇ ਸਭ ਤੋਂ ਪਹਿਲਾਂ ਨੰਬਰ ਟ੍ਰੇਸ ਹੋ ਗਿਆ ਨੰਬਰ ਟ੍ਰੇਸ ਹੋਣ ਤੇ ਗੱਡੀ ਵਾਲੇ ਤੇ ਕੋਈ ਕਾਰਵਾਈ ਨਹੀਂ ਬਿਲਕੁਲ ਕਿਉਂਕਿ ਉਹ ਮੰਤਰੀ ਦਾ ਪਾਈ ਆਪਣਾ ਰਾਜ ਗ੍ਰਹਿ ਮੰਤਰੀ ਹੈ ਨਾ ਕੇਂਦਰੀ ਰਾਜ ਗ੍ਰਹਿ ਮੰਤਰੀ ਦਾ ਪੁੱਤਰ ਹੈ ਇਸ ਕਰਕੇ ਉਹਤੇ ਕੋਈ ਕਾਰਵਾਈ ਨਹੀਂ ਫੇਰ ਉਸ ਤੋਂ ਬਾਅਦ ਵੀਡੀਓ ਉਹ ਮੰਗਦੇ ਨੇ ਵੀ ਕੋਈ ਪ੍ਰੂਫ ਹੈ ਪ੍ਰੂਫ ਹੈ ਇਸ ਦਾ ਵੀ ਗੱਡੀ ਚੜੀ ਆ ਜਾਂ ਗੱਡੀ ਪਲਟੀ ਆ ਉਹ ਤਾਂ ਪਹਿਲਾਂ ਉੱਥੇ ਤੱਕ ਤਾਂ ਇਹ ਕਹਿੰਦਾ ਰਿਹਾ ਜੇ ਗੱਲ ਕਰੋ ਉਹਦੀ ਮੰਤਰੀ ਨੇ ਕਿ ਗੱਡੀ ਜਿਹੜੀ ਹੈ ਉਹ ਹੋਈ ਹੈ ਪਲਟੀ ਆ ਪਲਟਣ ਦੇ ਨਾਲ ਥੱਲੇ ਆ ਕੇ ਕਿਸਾਨ ਮਰਿਆ ਨਾ ਕਿ ਰਗੜ ਲੱਗੀ ਆ ਜਾਂ ਕੁਝ ਹੋਇਆ ਆ ਫਿਰ ਉਸ ਤੋਂ ਬਾਅਦ ਜਦ ਵੀਡੀਓ ਸਾਹਮਣੇ ਆ ਜਾਂਦੀ ਆ ਪ੍ਰੋਪਰਲੀ ਤਾਂ ਉਹਨੂੰ ਲੈ ਕੇ ਵੀ ਕਿੰਤੂ ਪ੍ਰੰਤੂ ਹੁਣ ਸ਼ੁਰੂ ਹੋ ਜਾਂਦੇ ਨੇ ਵੀ origignal ਨਹੀਂ ਹੈਗੀ ਜਾਂ ਉਦਾਂ ਆ ਪੁਲਿਸ ਵੀ ਕਹਿਦੀ ਆ ਕੇਵਲ ਵੀਡੀਓ ਐਵੀਡੈਂਸ ਦੇ ਉੱਤੇ ਅਸੀਂ ਇਹਦੇ ਕਾਰਵਾਈ ਨਹੀਂ ਕਰ ਸਕਦੇ ਸ਼ਰਮਨਾ ਗੱਲ ਹੈਗੀ ਆ ਕਿ ਉਹ ਕੋੜਾ ਫੋਟੋ ਆ ਜਿਹੜੀ ਐਡਿਟ ਕਰਕੇ ਸਾਹਮਣੇ ਆ ਗਈ ਪੂਰੀ ਵੀਡੀਓ ਆ ਪੂਰੀ ਚੱਲਦੀ ਫਿਰਦੀ ਵੀਡੀਓ ਤੁਹਾਡੇ ਸਾਹਮਣੇ ਆਈ ਆ ਹੁਣ ਤਾਂ origignal ਵੀ ਆ ਚੁੱਕੀ ਆ ਅੱਗੇ ਸੀ origignal ਚਲੋ ਮੰਨ ਲੈਂਦੇ ਸੀ ਕਿ ਉਹ ਵੀਡੀਓ ਦੀ ਵੀਡੀਓ ਦੇਖਣਾ ਬਾਕੀ ਆ ਹਾਂ ਜੀ ਕੀ ਦੇਖਣਾ ਬਾਕੀ ਆ ਉਸ ਤੋਂ ਬਾਅਦ ਵੀ ਉਹਨਾਂ ਦੀ ਜਿਹੜੀ ਸਫਾਈ ਆ ਫਿਰ ਵੀ 8 ਦਿਨ ਦਾ ਟਾਈਮ ਇਨਵੈਸਟੀਗੇਸ਼ਨ ਦਾ ਜਾਂਦਾ ਆ ਇੱਕ ਬੰਦੇ ਆਪਣੀ ਜਾਨੋਂ ਗਏ ਨੇ ਤੇ ਤੁਸੀਂ ਉਹਦੇ ਇਨਵੈਸਟੀਗੇਸ਼ਨ ਕਰਦੇ ਉਹੀ ਜੇ ਉਲਟ ਹੁੰਦਾ ਇੱਥੇ ਤੱਕ ਮੰਤਰੀ ਦੇ ਜਵਾਬ ਨੂੰ ਥੱਪੜ ਤੱਕ ਵੀ ਮਾਰ ਦਿੰਦਾ ਕੋਈ ਆਮ ਬੰਦਾ ਤਾਂ ਤੁਸੀਂ ਉਹਦੇ ਘਰ ਦੇ ਹੁਣ ਤੱਕ ਸਾਰੇ ਗ੍ਰਿਫਤਾਰ ਹੋਏ ਹੋਣੇ ਸੀ ਤੇ ਉਹਦੀ ਕੁੱਟਪਟਾਪਾ ਹੋਣਾ ਪੁਲਿਸ ਨੇ ਸ਼ੁਰੂ ਕੀਤਾ ਹੋਣਾ ਸੀ ਮਤਲਬ ਇਹ ਹੋਰ ਹੈ ਕੀ ਆ ਮੈਂ ਜਿਵੇਂ ਪਹਿਲਾਂ ਗੱਲ ਕਹੀ ਆ ਕਿ ਕੀੜੇ ਮਕੌੜਿਆਂ ਨੂੰ ਕੁਚਲਣ ਵਾਲੀ ਜਿਵੇਂ ਇੱਕ ਗੱਲ ਅਸੀਂ ਹੁੰਦੀ ਆ ਪੈੜ ਥਲੇ ਮੰਨਦੇ ਹੀ ਨਹੀਂ ਵੀ ਕੋਈ ਹੈਗੇ ਨੇ ਉਹ ਉੱਧਾ ਇਹ ਸਾਨੂੰ ਜਿਹੜਾ ਕੁਚਲਣ ਦੇ ਵਿੱਚ ਲੱਗੇ ਹੋਏ ਨੇ ਬਹੁਤ ਸੋਹਣੀ ਮੈਂ ਕਿਸੇ ਦਾ ਸਟੇਟਸ ਦੇਖ ਰਿਆ ਸੀਗਾ ਸਿਚੁਏਸ਼ਨ ਮੀਡੀਆ ਤੇ ਅਕਸਰ ਐਕਟਿਵ ਰਹਿੰਦੇ ਆ ਪਤਾ ਦੇਖਦੇ ਰਹਿੰਦੇ ਨੇ ਵੀ ਕੀ ਚੱਲਦਾ ਉਹਨਾਂ ਦੇ ਉੱਥੇ ਕਿਸੇ ਨੇ ਵਧੀਆ ਲਿਖ ਕੇ ਪਾ ਸੀ ਬਹੁਤ ਮਕੂਬੀ ਗੱਲ ਸੀ ਕਿ ਗੋਰਿਆਂ ਦੇ ਰਾਜ ਦੇ ਵਿੱਚ ਇੰਨਾ ਖਤਰਨਾਕ ਕੰਮ ਨਹੀਂ ਸੀ ਜਾਂ ਇੰਨਾ ਖਤਰਨਾਕ ਮੋੜ ਨਹੀਂ ਸੀ ਜਿਹੜਾ ਹੁਣ ਹੂੰ ਗੋਰਿਆਂ ਦੇ ਰਾਜ ਇਹਦੇ ਨਾਲੋਂ ਕਿੰਨੇ ਚੁ ਗੁਣਾ ਬੈਟਰ ਸੀ ਮਤਲਬ ਜਿੱਥੇ ਅਸੀਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਗੋਰਿਆਂ ਤੋਂ ਕਰ ਰਹੇ ਅੰਗਰੇਜ਼ਾਂ ਤੋਂ ਕਰਦੇ ਸੀ ਵੀ ਕਿਸ ਤਰੀਕੇ ਨਾਲ ਸਾਡਾ ਜ਼ੁਲਮ ਕਰ ਰਹੇ ਨੇ ਉਹ ਕਹਿੰਦਾ ਇੱਕ ਇੱਕ ਹੱਦ ਤੱਕ ਉਹ ਵੀ ਬੈਟਰ ਸੀ ਪਰ ਇਹ ਤਾਂ ਇੰਨਾ ਖਾਤ ਮਾੜਾ ਹੋ ਚੁੱਕਿਆ ਕਿੱਥੇ ਲੋਕਤੰਤਰ ਕਿੱਥੇ ਲੋਕਤੰਤਰ ਦੀ ਗੱਲ ਤੁਸੀਂ ਇਹ ਦੇਖੋ ਵੀ ਸ਼ਰੇਆਮ ਪ੍ਰੂਫ ਹੋਣ ਤੋਂ ਬਾਅਦ ਵੀ ਪੂਰੀ ਤਰ੍ਹਾਂ ਨਾਕਾਮ ਹੈਗੇ ਕਿਉਂ ਹੈਗੇ ਕਿਉਂਕਿ ਉਹ ਮੰਤਰੀ ਅਸਤੀਫਾ ਦੇਣ ਨੂੰ ਤਿਆਰ ਨਹੀਂ ਉਹ ਹਜੇ ਤੱਕ ਆਪਣੇ ਸਫਾਈਆਂ ਦਿੰਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਦਾ ਪਿਆ ਤੇ ਉਸ ਤੋਂ ਬਾਅਦ ਮੁੰਡਾ ਜາດ ਘੁੰਮਦਾ ਪਿਆ ਹੈ ਤੇ ਹਰ ਤਰੀਕੇ ਨਾਲ ਉਹ ਜਿਹੜੇ ਲੋਕ ਨੇ ਉਹ ਬਚਦੇ ਨਜ਼ਰ ਆ। ਅੱਛਾ ਇੱਕ ਇੱਕ ਹੋਰ ਬੜੀ ਅਹਿਮ ਖਾਸ ਗੱਲ ਹੈ ਜਸਪੀਤ ਜੀ ਕਿ ਐਸਐਟਿ ਬਣਾਉਂਦੀ ਕਿ ਲੋੜ ਪਈ ਜਾਂ ਨਿਆਂਇਕ ਜਾਂਚ ਦੀ ਕਿਉਂ ਲੋੜ ਪਈ ਸਾਰਾ ਕੁਝ ਤੁਹਾਡੇ ਜਗ ਸਾਹਮਣੇ ਆ ਜਾਂ ਸਾਰਾ ਕੁਝ ਜਗ ਜाहिर ਹੈ ਠੀਕ ਹੈ ਹਲੇ ਤੱਕ ਜਿੰਨੇ ਵੀ ਕੇਸਾਂ ਦੇ ਵਿੱਚ ਮੈਂ ਤਾਂ ਐਸਆਈਟੀ ਦੇਖਿਆ ਕੋਈ ਤੁਸੀ ਕਾਫੀ ਟਾਈਮ ਤੋਂ ਕੰਮ ਕਰ ਰਹੇ ਹੋ ਤੁਸੀਂ ਦੱਸੋ ਵੀ ਜਿੰਨੀ ਵਾਰ ਵੀ ਐਸਆਈਟੀ ਬਣਦੀ ਆ ਕੇਵਲ ਕੇਸ ਨੂੰ ਹਰ ਚੀਜ਼ ਨੂੰ ਠੰਡੇ ਵਾਸਤੇ ਪਾਉਣਾ ਹੁੰਦਾ 8-9 ਦਿਨ ਦਾ ਟਾਈਮ ਲੈ ਲਿਆ ਆ 3 ਮਹੀਨੇ ਦਾ ਸਮਾਂ ਐਸਆਈਟੀ ਦਾ ਪਾ ਦਿੰਦਾ ਵੀ ਸ਼ਾਨ ਵੀਰ ਕਰਕੇ ਜੱਜਾਂ ਨੂੰ ਉਸ ਲੋਕਾਂ ਨੂੰ ਉਸ ਚ ਲੈ ਕੇ ਆਉਣਾ ਹੁੰਦਾ ਵੀ ਅਸੀਂ ਐਸਆਈਟੀ ਗਠਿਤ ਕਰਦੇ ਵੀ ਅਸੀਂ ਕੁਝ ਕਰਾਂਗੇ ਕਰਾਂਗੇ ਕੀ ਕਰਾਂਗੇ ਹਰ ਬੰਦੇ ਨੇ 3 ਮਹੀਨੇ ਦਾ ਠੰਡੇ ਹੋ ਜਾਣਾ ਹਫਤੇ ਦਾ ਕਿ ਠੰਡੇ ਹੋ ਜਾਣਾ ਤੇ ਫਿਰ ਤੁਸੀਂ ਕੀ ਕਰੋਗੇ ਤੇ ਫਿਰ ਇੱਕੋ ਦੱਸ ਤੁਸੀਂ ਹਜੇ ਤੁਸੀਂ ਇੱਕ ਵਾਰ ਤਾਂ ਕਹਿੰਦੇ ਹੋ ਵੀ ਉਹ ਪਾਈ ਸਾਡੇ ਕੋਲ ਮਰੇ ਆ ਪਤਾ ਨਹੀਂ ਮਰੇ ਦੂਜੇ ਪਾਸੇ ਤੁਸੀਂ ਤੁਰੰਤ ਪੈਸੇ ਦਾ ਅਨਾਉਂਸਮੈਂਟ ਵੀ ਕਰ ਦਿੰਨੇ ਹੋ ਵੀ ਮਰਨੇ ਵਾਲੇ ਨੂੰ 45 45 ਲੱਖ ਰੁਪਇਆ ਇੱਕ ਇੱਕ ਸਰਕਾਰੀ ਨੌਕਰੀ ਜਖਮੇ ਦਾ 10-10 ਲੱਖ ਰੁਪਇਆ ਮਤਲਬ ਤੁਸੀਂ ਇੱਕ ਇਹ ਪਿੱਛੇ ਜੇ ਯੂਪੀ ਦੀ ਇੱਕ ਹੋਰ ਘਟਨਾ ਸੀ ਅਲੀਗੜ੍ਹ ਸ਼ਾਇਦ ਕਿੱਥੇ ਦੀ ਘਟਨਾ ਸੀ ਉਥੇ ਵੀ ਇਦਾਂ ਹੀ ਹੋਇਆ ਸੀਗਾ ਉਥੇ ਇੱਕ ਵਪਾਰੀ ਨੇ ਇੱਕ ਪਰਿਵਾਰ ਦੇ ਨਾਲ ਇੱਕ ਇਦਾਂ ਹੀ ਹਾਦਸਾ ਵਾਪਰਦਾ ਮਤਲਬ ਇੱਕ ਸਰਕਾਰੀ ਕਸੂਰਬੰਦ ਹੁੰਦੇ ਨੇ ਲੋਕ ਤੇ ਉਥੇ ਵੀ ਇਦਾਂ ਹੀ ਸਰਕਾਰ ਅਨਾਉਂਸ ਕਰ ਦਿੰਦੀ ਆ ਵੀ ਇਹਨੇ ਲੱਖ ਰੁਪਏ ਮੁਆਵਜ਼ਾ ਮਤਲਬ ਤੁਸੀਂ ਉਹੀ ਕੰਮ ਇੱਥੇ ਕੀਤਾ ਜਾ ਰਿਹਾ ਕਿ ਤੁਸੀਂ ਪੈਸੇ ਨਾਲ ਬੰਦੇ ਦੀ ਜਾਨ ਨੂੰ ਤੋਲਦੇ ਹੋ ਫਿਰ ਤਾਂ ਠੀਕ ਆ ਫਿਰ ਤਾਂ ਲੀਡਰਾਂ ਨੂੰ ਇਹਨਾਂ ਨੂੰ ਵੀ ਲਿਆਓ ਮੂਰੇ ਮੂਰੇ ਜਿਹੜੇ ਜਿਨ੍ਹਾਂ ਨੇ ਜਾਨ ਨੂੰ ਤੋਲਣਾ ਪੈਸੇ ਦੇ ਕੇ ਕੀਮਤ ਦਾ ਕਰਦੇ ਆ ਇੱਕ ਰਿਕਵੈਸਟ ਕਰਾਇਆ ਤਾਂ ਉਹਨਾਂ ਨੇ ਬੜਾ ਵਧੀਆ ਰਿਪਲਾਈ ਦਿੱਤਾ ਸਰਕਾਰ ਨੂੰ ਉਹ ਕਹਿੰਦੇ ਕਹਿੰਦੇ ਜੇ ਤੁਹਾਡੇ ਮਨਚੇ ਬਹਿਬ ਹੋਵੇ ਨਾ ਕਿ ਅਸੀਂ 8 ਜੇ ਤੁਹਾਡੇ ਮਨ 'ਚ ਇਹ ਵੀ ਗੱਲ ਹੋਵੇ ਕਿ 45 ਲੱਖ ਰੁਪਇਆ ਤੁਸੀਂ ਉਹਨਾਂ ਨੂੰ ਦਿੱਤਾ ਹੈ ਤੱਕ account number send ਕਰ ਦਿਓ ਤੇ ਤੁਹਾਡੇ ਅਸੀਂ ਇਕੱਲੇ ਇਕੱਲੇ ਦੇ ਮੰਤਰੀ ਦੇ account 'ਚ 45 ਲੱਖ ਪਾ ਦਿੰਨੇ ਆ। ਇਹ ਤੋਂ ਇਹ ਤੋਂ ਵੱਡੀ ਚਪੇੜ ਮੇਰੇ ਹਿਸਾਬ ਦੇ ਨਾਲ ਸਰਕਾਰ ਦੇ ਮੂਤੇ ਹੋਰ ਕਿਹੜੀ ਹੋਏਗੀ ਬਿਲਕੁਲ ਹੈ ਪਰ ਇਹ ਪੰਜਾਬ ਚ ਅਸੀਂ ਬੈਠੇ ਹਾਂ ਕਟੋਕੜ ਪੰਜਾਬ ਦੇ ਵਿੱਚ ਇੰਨੀ ਗੰਦੀ ਰਾਜਨੀਤੀ ਨਹੀਂ ਜਿੰਨੀ ਕਿ ਯੂਪੀ ਦੇ ਵਿੱਚ ਹੋ ਚੱਲ ਰਹੀ ਹੈ ਪੰਜਾਬ ਹਜੇ ਵੀ ਸੇਫ ਹੈ ਪਰ ਯੂਪੀ ਦੇ ਵਿੱਚ ਤੁਸੀਂ ਦੇਖੋ ਬੰਦੇ ਦੀ ਜਾਨਾਂ ਨਾਲ ਖੇਡਿਆ ਜਾਂਦਾ ਉਹ ਗੱਡੀ ਚਲਾਉਣ ਨਾਲ ਚੜਾਉਣ ਦਾ ਮਸੂਬਾ ਦੇਖ ਲਓ ਤੁਸੀਂ ਕੀ ਹੋਣਾ ਆ ਤੇ ਉਹ ਬੰਦਾ ਐਡੇ ਤਕੜੇ ਮਸੂਬੇ ਨਾਲ ਗੱਡੀ ਚਲਾ ਰਿਹਾ ਤੇ ਉਹ ਉਹ ਬੰਦੇ ਨੂੰ ਮਾਰਨ ਦੀ ਵੀ ਚਲਾ ਰਿਹਾ ਹੋਰ ਕੱਢ ਦੀ ਚਲਾ ਰਿਹਾ ਹੂੰ ਬਿਲਕੁਲ ਇਹੀ ਗੱਲ ਇਹੀ ਗੱਲ ਅਹਿਮ ਤੇ ਖਾਸ ਗੱਲ ਇਹੀ ਹੈ ਕਿ ਮਤਲਬ ਕਿ ਉਹਨਾਂ ਦਾ ਜੋ ਤੁਸੀਂ ਕਿਸਾਨਾਂ ਦਾ ਉਸ ਜੀ ਨੂੰ ਨਾ ਪਰਖਿਆ ਜਾਵੇ ਤਾਂ ਜਿਆਦਾ ਵਧੀਆ ਮੇਰੇ ਹਿਸਾਬ ਦੇ ਨਾਲ ਕਿਉਂਕਿ ਉਹ ਇਸ ਚੀਜ਼ ਕਰਕੇ ਚੁੱਪ ਬੈਠੀ ਤੇ ਸ਼ਾਇਦ ਕਿ ਸਾਡਾ ਅੰਦੂਲਨ ਨੂੰ ਕਿਸੇ ਸਾਥ ਦੀ ਢਾਲ ਨਾ ਲੱਗੇ ਸ਼ਾਇਦ ਸਹੀ ਵੀ ਹੈ ਇਹ ਉਹਨਾਂ ਨੂੰ ਉਸੇ ਹਿਸਾਬ ਦੇ ਨਾਲ ਚੁੱਪ ਰਹਿਣਾ ਵੀ ਚਾਹੀਦਾ ਕਿਉਂਕਿ ਮਾੜਾ ਤਾਂ ਕਿਉਂਕਿ ਦੁਸ਼ਮਨ ਨੂੰ ਤਾਂ ਉਹ ਹੁੰਦਾ ਕਿ ਕਿਸੇ ਹਿਸਾਬ ਦੇ ਨਾਲ ਮਾੜੀ ਕਿਤਾਹੀ ਉਹ ਵਾਤੇ ਤੇ ਸਾਨੂੰ ਜਾਚ ਫਸਾਉਣ ਦਾ ਮੌਕਾ ਮਿਲੇ ਹਾਲਾਂਕਿ ਬਹੁਤ ਚ ਜਾਣੇ ਇਹੀ ਚੀਜ਼ ਜੇ ਕਿਸਾਨਾਂ ਦੀ ਜਗ੍ਹਾ ਜੇ ਉਹਨਾਂ ਬੰਦੇ ਦੀ ਜਗ੍ਹਾ ਕਿਸਾਨ ਹੁੰਦੇ ਭਾਜਪ ਦੇਖੋ ਹੁਣ ਤੱਕ ਗੁਰਪ੍ਰੀਤ ਜੀ ਪਹਿਲੀ ਇਹ ਘਟਨਾ ਸਾਹਮਣੇ ਆਉਂਦੀ ਆ ਫਸਟ ਡੇ ਦੀ ਮੈਂ ਗੱਲ ਕਰਾਂ ਸਕੈਂਡ ਡੇ ਤੱਕ ਤਾਂ ਇਹੀ ਸਾਹਮਣੇ ਆ ਰਹੀ ਵੀ ਕਿਸਾਨਾਂ ਵੱਲੋਂ ਭਾਜਪਾ ਦੇ ਲੀਡਰਾਂ ਨੂੰ ਘੇਰਿਆ ਗਿਆ ਉਹਨਾਂ ਨਾਲ ਹੱਥੋ ਪਾਈ ਗਈ ਉਹਨਾਂ ਨੂੰ ਮਾਰ ਕੁੱਟ ਮਾਰ ਦੀ ਗੱਲ ਕੀਤੀ ਕਿ ਉਹਨਾਂ ਨੇ ਆਪਣੀ ਜਾਨ ਬਚਾਉਂਦੇ ਗੱਡੀ ਭਜਾਈ ਗੱਡੀ ਪਲਟੀ ਤੇ ਕਿਸਾਨ ਮਰੇ ਸਰ ਮੀਡੀਆ ਨੇ ਵੀ ਇਹੀ ਛਾਪਿਆ ਸਰ ਮੀਡੀਆ ਰਿਹਾ ਛਾਪਿਆ ਕਹਿੰਦੇ ਸਾਡੇ ਇੰਡੀਅਨ ਮੀਡੀਆ ਨੇ ਉਹਨਾਂ ਨੇ ਇਹੀ ਛਾਪਿਆ ਵੀ ਇਦਾਂ ਦੀ ਘਟਨਾ ਵਾਪਰਦੀ ਆ ਤੇ ਇਹ ਸਭ ਕੁਝ ਹੋ ਜਾਂਦਾ ਆ ਉਹ ਵੀਡੀਓ ਆ ਕੇ ਹਰ ਮੰਤਰੀ ਦੇ ਕਿ ਹਰ ਮੀਡੀਆ ਕਰਮਚਾਰੀ ਦੇ ਕਿ ਹਰ ਉਹ ਬੰਦੇ ਦੇ ਜਿਹੜਾ ਕਿ ਇਸ ਝੂਠ ਨੂੰ ਸੱਚ ਬਣਾਉਣ ਦੇ ਵਿੱਚ ਲੱਗਿਆ ਹੋਇਆ ਸੀ ਉਹਦੇ ਮੂਹਰੇ ਚਪੇਟ ਸੀ ਉਹ ਵੀਡੀਓ ਨੇ ਦੱਸ ਦਿੱਤਾ ਵੀ ਉਹ ਸ਼ਾਂਤ ਮਈ ਤੁਰੇ ਆ ਰਹੇ ਲੋਕ ਉਹਨਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਪਿੱਛੋਂ ਉਹਨਾਂ ਦੀ ਮੌਤ ਆ ਰਹੀ ਆ ਤੇ ਇਹ ਬ੍ਰੇਕ ਲਾਉਣ ਦੀ ਬਜਾਏ ਤੁਸੀਂ ਰੇਸ ਦੇ ਕੇ ਉਹਨੂੰ ਰੌਂਦੇ ਜਾ ਰਹੇ ਰੌਂਦੇ ਜਾ ਰਹੇ ਉਹਨਾਂ ਨੂੰ ਉਡਾਉਂਦਿਆਂ ਇਸ ਦਾ ਮਤਲਬ ਕਲੀਅਰਲੀ ਹੈਗਾ ਕਿ ਤੁਸੀਂ ਆਮ ਬੰਦੇ ਨੂੰ ਬੰਦੇ ਨਹੀਂ ਸਮਝਦੇ ਬਿਲਕੁਲ ਅੱਛਾ ਉਹਨਾਂ ਨੇ ਇੱਕ ਬੱਟੇ ਇੱਟਾ ਰੋੜੇ ਵਾਲੀ ਗੱਲ ਕਹੀ ਸੀ ਵੀਡੀਓ ਦੇ ਵਿੱਚ ਮੈਨੂੰ ਤਾਂ ਸ਼ਾਇਦ ਕਿਤੇ ਇੱਟਾ ਰੋੜੇ ਕੋਈ ਮਾਰਦਾ ਕੋਈ ਦਿਖਾਈ ਨਹੀਂ ਦਿੱਤਾ ਸ਼ਾਇਦ ਤੁਸੀਂ ਬਰੀਫਲੀ ਦੇਖਿਆ ਹੋਵੇ ਮੈਨੂੰ ਲੱਗਦਾ ਸ਼ਾਇਦ ਅਜੇ ਹੀ ਕੋਈ ਦੇਰ ਦਾ ਕੋਈ ਕੁਝ ਕਹਿੰਦਾ ਵੀ ਨਹੀਂ ਸੀ ਨਾਰੇਬਾਜ਼ੀ ਜ਼ਰੂਰ ਕਰ ਰਹੇ ਸੀ ਇੱਕ ਇੱਕ ਨਾਰੇਬਾਜ਼ੀ ਕਰਦੇ ਇੱਕ ਪਾਸੇ ਨੂੰ ਤੁਸੀਂ ਪਹਿਲੀ ਵੀਡੀਓ ਦੇਖੋ ਇੱਕ ਪਾਸੇ ਤੁਸੀਂ ਚੱਲਦੇ ਜਾ ਰਹੇ ਹੋ ਸਿੰਪਲ ਚੱਲਦੇ ਜਾ ਰਹੇ ਹੋ ਪਿੱਛੋਂ ਬੰਦਾ ਆ ਕੇ ਤੁਹਾਨੂੰ ਰੋਕਦਾ ਜਾ ਰਿਹਾ ਜਦੋਂ ਮੂਰੀ ਹੋਵੇ ਤੁਸੀਂ ਕਹਿੰਦੇ ਸੀ ਸਾਡਾ ਰਸਤਾ ਰੋਕ ਲਿਆ ਸੀ ਗੱਡੀ ਚੜਾਤੀ ਮੈਂ ਮੰਨ ਲਦਾ ਪਿੱਛੋਂ ਆਉਂਦਾ ਪਿਆ ਕੋਈ ਹੋਰ ਨਹੀਂ ਕੋਈ ਕੁਛ ਨਹੀਂ ਤੇ ਗੱਡੀ ਪਤਾ ਹੀ ਨਹੀਂ ਲੱਗਿਆ ਵਿਚਾਰਿਆਂ ਨੂੰ ਤੁਸੀਂ ਬਜ਼ੁਰਗ ਦੇਖੋ ਹਰੀ ਪੱਗ ਦੇ ਵਿੱਚ ਜਿਹੜੇ ਸ਼ਾਇਦ ਤਰਲੋਚ ਸਿੰਘ ਉਹਨਾਂ ਦਾ ਨਾਮ ਜਿਹੜਾ ਕੁਛ ਤਰਲੋਕ ਸਿੰਘ ਇਦਾਂ ਕੁਛ ਨਾਮ ਸਾਹਮਣੇ ਆ ਰਿਹਾ ਉਹਨਾਂ ਨੂੰ ਹਿੱਟ ਕਰਦੀ ਹੋਈ ਗੱਡੀ ਜਿਹੜੀ ਅੱਗੇ ਜਾਂਦੀ ਹੈ ਉਹ ਬਜ਼ੁਰਗ ਜਿੱਦ ਨੂੰ ਪਤਾ ਹੀ ਨਹੀਂ ਵਿਚਾਰਾ ਨੂਬੀ ਕੀ ਘੋਣਾ ਤੇ ਉਹ ਉਹਨੂੰ ਮਾਰ ਦਿਆ ਹੋਰਾਂ ਨੂੰ ਮਾਰ ਦਿਆ ਮਤਲਬ ਕਿੰਨੇ ਜਾਣੇ ਨੂੰ ਹਿੱਟ ਕਰਕੇ ਜਾਂਦੇ ਆ ਇਸ ਤੋਂ ਬਾਅਦ ਹੋਰ ਕੀ ਸਬੂਤ ਹੈ ਔਰ ਬਿਹਤ ਮੰਦ ਭਾਗੀ ਦੇ ਬਿਹਤ ਨਿੰਦਣਯੋਗ ਗੱਲ ਹੈ ਕਿਉਂਕਿ ਜਦੋਂ ਤਸਵੀਰਾਂ ਅਸੀਂ ਆਪਣੇ ਦਿਮਾਗ ਦੇ ਵਿੱਚ ਆਪਣੇ ਜ਼ਹਿਨ ਦੇ ਵਿੱਚ ਲੈ ਕੇ ਹੁੰਨੇ ਤਾਂ ਬੜਾ ਹਾਲਾਂਕਿ ਰੂਸ ਰੂਸਾ ਜਿਹਾ ਬੜਾ ਹੁੰਦਾ ਕਿ ਆਖਿਰ ਅਜਿਹੇ ਲੋਕਤੰਤਰ ਜੋ ਭਾਰਤਿਕ ਬਹੁਤ ਵੱਡਾ ਲੋਕਤੰਤਰ ਦੇਸ਼ ਕਹਿੰਦਾ ਉਸ ਦੇਸ਼ ਦੇ ਵਿੱਚ ਵਸਨੀਕਾ ਜਿੱਥੇ ਲੋਕਾਂ ਦੀ ਜਿੱਥੇ ਆਵਾਮ ਦੀ ਉਨੀ ਗੱਲ ਸੁਣੀ ਜਾਂਦੀ ਕਿਉਂਕਿ ਜਿੱਥੇ ਅਜਿਹੇ ਤਰੀਕੇ ਦੇ ਨਾਲ ਫਿਰ ਕਾਨੂੰਨੀ ਵਸਤਾ ਕਿੱਥੇ ਹੈ ਕਾਨੂੰਨ ਕਿੱਥੇ ਹੈ ਕਿ ਜੇਕਰ ਤੁਸੀਂ ਦੂਸਰੇ ਪਾਸੇ ਤੋਂ ਇੱਕ ਪਾਸੇ ਤੋਂ ਤੁਸੀਂ ਜੇਕਰ ਕੋਈ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦੇ ਡੁੰਗਾਈ ਦੀ ਤੱਕ ਜਾਣੇ ਤੁਸੀਂ ਬਹੁਤ ਐਸਾਈਟਿੰਗ ਘਟਕ ਕਰਦੇ ਹੋ ਜਗ ਜਹਰ ਗੱਲਾਂ ਨੇ ਐਫ ਆਈ ਆਰ ਹੋਈ ਹੋਈ ਆ ਤੁਸੀਂ ਅਰੈਸਟ ਕਿਉਂ ਨਹੀਂ ਕਰ ਰਹੇ ਦੇਸ਼ ਦੇ ਵਿੱਚ ਕੇਵਲ ਤੇ ਕੇਵਲ ਕੇਵਲ ਦੇ ਕੇਵਲ ਤਵੱਜੋ ਕਿਹਨੂੰ ਦਿੱਤੀ ਜਾਂਦੀ ਆ ਜਿਹੜੀ ਛਾੜਬੀਂਡ ਦੀ ਜਾਂ ਗ੍ਰਿਫਤਾਰੀ ਦੀ ਜਾਂ ਕਾਨੂੰਨ ਕਿਹਦੇ ਨਾਲ ਵਰਤੇ ਜਾਂਦਾ ਕੇਵਲ ਤੇ ਕੇਵਲ ਮੰਤਰੀਆਂ ਨੂੰ ਜਾਂ ਸ਼ਾਹੂਕਾਰਾਂ ਨੂੰ ਫਾਇਦਾ ਦੇਣ ਦੇ ਲਈ ਹੋਰ ਆਮ ਲੋਕਾਂ ਦੇ ਲਈ ਨਹੀਂ ਹੁੰਦਾ ਇਹੀ ਗੱਲ ਸਹੀ ਆ ਇੱਥੇ ਕੋਈ ਸ਼ਾਹੂਕਾਰ ਜਾਂ ਵੱਡਾ ਬੰਦਾ ਹੁੰਦਾ ਮਨੂੰ ਗ੍ਰਿਫਤਾਰੀਆਂ ਵੀ ਹੋਣੀਆਂ ਸੀ ਕਾਰਵਾਈਆਂ ਵੀ ਹੋਣੀਆਂ ਸੀ ਹੁਣ ਉਹਨੂੰ ਤਾਂ ਅੱਗੇ ਕੇਸ ਵੱਜਣਾ ਸੀ ਪਰ ਉੱਥੇ ਕੌਣ ਆਮ ਆਮ ਕਰਾਂ ਦੇ ਲੋਕ ਸੀ ਆਮ ਗਰੀਬ ਲੋਕ ਆਮ ਆਮ ਦੇਸ਼ ਦੇ ਉਹ ਲੋਕ ਜਿਹੜੇ ਕਿ ਆਪਣੇ ਹੱਕ ਲੈਣ ਲਈ ਖੜੇ ਸੀ ਤੁਸੀਂ ਉਹਨੂੰ ਕੁਚਲਦੇ ਪਏ ਪਰ ਸਾਡੀਆਂ ਰਾਜਨੀਤਿਕ ਪਾਰਟੀਆਂ ਕੀ ਕਰਦੀਆਂ ਪਈਆਂ ਹੁਣ ਸਿਆਸਤ ਸ਼ੁਰੂ ਹੋ ਚੁੱਕੀ ਹੈ ਪਿੱਛੇ ਦੇਖੋ ਤੁਸੀਂ ਪ੍ਰਿੰਕਾ ਗਾਂਧੀ ਵੀ ਉੱਥੇ ਪਹੁੰਚਦੇ ਨੇ ਮੈਂ ਇਨਸਾਫ਼ ਦਵਾ ਦੂੰਗੀ ਮੈਂ ਇਹ ਕਰ ਦੂੰਗੀ ਬਸ ਜੇ ਦਬਾਉਣਾ ਤਾਂ ਸਹੀ ਤਰੀਕੇ ਨਾਲ ਤੁਸੀਂ ਇਨਸਾਫ ਦਵਾਓ ਕਿਉਂ ਨਹੀਂ ਤੁਸੀਂ ਇੱਕੇ ਸੰਸਰ ਚ ਘੇਰਦੇ ਇਹਨਾਂ ਨੂੰ ਕਿਉਂ ਨਹੀਂ ਗੱਲ ਉੱਥੇ ਕਰਦੇ ਕੇਵਲ ਲੋਕਾਂ ਦਿਖਾਉਣ ਲਈ ਤੁਸੀਂ ਇਨਸਾਫ ਦਵਾਉਣ ਦੇ ਤਰ੍ਹਾਂ ਪੈ ਨੇ ਰਾਹੁਲ ਗਾਂਧੀ ਵੀ ਪੂਰਾ ਡਰਾਮਾ ਰਾਜਦੇ ਆ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਜਦ ਠੀਕ ਹੈ ਮੈਂ ਕਹਿੰਨਾ ਦੂਜੀ ਪਾਰਟੀ ਇਹਦਾ ਕਹਿਣਾ ਹੀ ਆ ਜਾਣਾ ਕਾਂਗਰਸ ਦੇ ਜਾਂਦੇ ਨੇ ਜੋ ਗ੍ਰਹਿ ਮੰਤਰੀ ਪੰਜਾਬ ਵੀ ਜਾਂਦੇ ਸਾਰੇ ਜਾਂਦੇ ਆ ਫਿਰ ਇਹ ਕਿਹੜੇ ਸੰਵਿਧਾਨ ਕਿਹੜੇ ਕਾਨੂੰਨ ਚ ਲਿਖਿਆ ਗੁਰਪ੍ਰੀਤ ਜੀ ਕਿ ਇੱਕ ਸਟੇਟ ਦਾ ਗ੍ਰਹਿ ਮੰਤਰੀ ਜਾਂ ਦੂਜੀ ਸਟੇਟਸ ਜਾਊਗਾ ਤਾਂ ਉਹਨੂੰ ਅਰੈਸਟ ਕਰ ਲਓ ਬਿਲਕੁਲ ਸਹੀ ਕਿਹੜਾ ਕਾਨੂੰਨ ਕਹਿੰਦਾ ਹੈ ਕੀ ਕੋਣ ਜਾਚਦਾ ਤਾਂ ਤਾਂ ਉਹ ਵੀ ਉਹਨੂੰ ਗ੍ਰਿਫਤਾਰ ਕਰੋ ਤੇ ਉਹਨੂੰ ਇਸ ਤਰੀਕੇ ਨਾਲ ਜਲੀਲ ਕਰੋ ਕੋਈ ਪਾਰਟੀ ਮੁਖੀ ਉੱਥੇ ਜਾਂਦਾ ਬੋਲਣ ਲਈ ਉਹਨੂੰ ਕਿਰੋ ਜਦ ਕੋਈ ਇਲਾਕੇ ਦੇ ਵਿੱਚ ਘਟਨਾ ਵਾਪਰੀ ਹੈ ਤੁਸੀਂ ਉੱਥੇ ਇਹ ਅਨਾਉਂਸ ਕਰ ਸਕਦੇ ਹੋ ਵੀ ਭਾਈ ਇੱਥੇ ਆ ਕੇ ਤੁਸੀਂ ਕੋਈ ਪਰ ਕਾਰਟ ਵਾਲਾ ਉਹ ਨਹੀਂ ਕਰ ਸਕਦੇ ਭਾਸ਼ਣ ਨਹੀਂ ਦੇ ਸਕਦੇ ਤੁਸੀਂ ਕੋਈ ਲੋਕਾਂ ਨੂੰ ਚੱਕ-ਥੱਲ ਨਹੀਂ ਕਰ ਸਕਦੇ ਕੋਈ ਗਲਤ ਨਹੀਂ ਬਿਆਨਵਾਜੀ ਕਰ ਸਕਦੇ ਤਾਂ ਤਾਂ ਮੰਨਿਆ ਤੁਸੀਂ ਗ੍ਰਿਫਤਾਰੀ ਕਰੋ ਚਾ ਕੋਈ ਆ ਕੇ ਤੇ ਭੜਕਾਉਂਦਾ ਆਖੇ ਕਿਸ ਕਿਸ ਚੀਜ਼ ਵਾਸਤੇ ਪਰ ਜਦੋਂ ਉੱਥੇ ਆ ਕੇ ਬੰਦਾ ਸ਼ਾਂਤ ਮਈ ਜਾਣਾ ਚਾਹੁੰਦਾ ਗੱਲ ਕਰਨਾ ਚਾਹੁੰਦਾ ਪਰਿਵਾਰ ਨੂੰ ਮਿਲਣਾ ਚਾਹੁੰਦਾ ਪੁੱਛਣਾ ਚਾਹੁੰਦਾ ਵੀ ਹੋਇਆ ਕੀ ਘਟਨਾ ਦੇਖਣ ਜਾਂਦਾ ਤਾਂ ਤੁਸੀਂ ਉਹਨੂੰ ਰੋਕ ਲਾ ਰਹੇ ਹੋ ਤੁਸੀਂ ਦੀ ਗ੍ਰਿਫਤਾਰੀਆਂ ਕਰ ਰਹੇ ਹੋ ਜਿਹੜਾ ਜਾਨੀ ਕਰ ਦਿੱਤੇ 147 ਲਾਉਨੇ ਹੋ ਕਿਉਂ ਕਿਉਂਕਿ ਤੁਹਾਨੂੰ ਡਰ ਹੈ ਵੀ ਕੁਛ ਹੋਵੇਗਾ ਤੁਸੀਂ ਦੇਖੋ ਵੀ ਪਹਿਲੇ ਦੋ ਤਿੰਨ ਦਿਨ ਇੱਕ ਰਕ ਸੁਣਨ ਨੂੰ ਮਿਲਿਆ ਕਿ ਉਹ ਪਿੰਡ ਦੇ ਆਲੇ ਦੁਆਲੇ ਇਨੀ ਕਿ ਸਿਕਿਉਰਟੀ ਵਧਾ ਦਿੱਤੀ ਗਈ ਹੈ ਜਿਹਨੂੰ ਲੈ ਕੇ ਖੁਦ ਪ੍ਰਿੰਕਾ ਗਾਂਧੀ ਨੇ ਵੀ ਇਹ ਗੱਲ ਆਖੀ ਸੀ ਕਿ ਉੱਥੇ ਉਹ ਪਰਿਵਾਰਾਂ ਤੱਕ ਲੋਕਾਂ ਨੂੰ ਪਹੁੰਚ ਨਹੀਂ ਦਿੱਤਾ ਗਿਆ ਵੀ ਇਹਨਾਂ ਨੂੰ ਮਿਲਣੇ ਨਾ ਅਸੀਂ ਇਹਨਾਂ ਨੂੰ ਦੱਬ ਲਈਏ ਇਦਾਂ ਹੀ ਕਾਦੇ ਲਈ ਜੇ ਤੁਸੀਂ ਸੱਚੇ ਹੋ ਜੇ ਤੁਸੀਂ ਸਹੀ ਹੋਗੇ ਫਿਰ ਕਿਉਂ ਤੁਸੀਂ ਉਹਨਾਂ ਤੇ ਜ਼ੁਲਮ ਕਰਦੇ ਜਾ ਰਹੇ ਹੋ ਉਹ ਬੰਦਿਆਂ ਨੂੰ ਫੜਨ ਦੀ ਬਜਾਏ ਸਿਕਿਉਰਟੀ ਜਿਹੜੀ ਤੁਸੀਂ ਲਾਈ ਹੈ ਉਹ ਫੜਨ ਦੀ ਬਜਾਏ ਤੁਸੀਂ ਮੰਤਰੀਆਂ ਨੂੰ ਫੜਨ ਦੇ ਵਿੱਚ ਲੱਗੇ ਹੋਏ ਹੋ ਉਹ ਵੀ ਉਹ ਮੰਤਰੀ ਜਿਹੜੇ ਜਾਂ ਉਹ ਲੋਕ ਜਿਹੜੇ ਕਿ ਉਥੇ ਹੱਕ ਚ ਉਤਰ ਰਹੇ ਨੇ ਤੁਸੀਂ ਉਹਨਾਂ ਦੇ ਕਿੰਨੇ ਤੇ ਗੁੰਡਾ ਕਰਦੀ ਹੋਗੀ ਹੋਰ ਕਿੱਡੀ ਕਹੋਗੀ ਕਿ ਸਾਡੀ ਕੋਰਸ ਸੁੱਤੀਆਂ ਪਈਆਂ ਨੇ ਕਿ ਉਹਨਾਂ ਨਜ਼ਰ ਨਹੀਂ ਆ ਰਿਹਾ ਹੈਗਾ ਕਿਹੜਾ ਕਾਨੂੰਨ ਦੀ ਤੁਸੀਂ ਗੱਲ ਕਰਦੇ ਹੋ ਕਿਥੇ ਇਨਸਾਫ ਦੀ ਗੱਲ ਕਰਦੇ ਆ ਦੇਸ਼ ਦੇ ਵਿੱਚ ਇਨਸਾਫ ਨਾ ਦੀ ਕਾਨੂੰਨ ਨਾ ਦੀ ਚੀਜ਼ ਕੋਈ ਵੀ ਨਹੀਂ ਰਹੀ ਹੈ ਗੁਰਪ੍ਰੀਤ ਜੀ ਜਿੱਥੇ ਮਰਜੀ ਤੁਸੀਂ ਚੱਲ ਜਾਓ ਜਿਹੜਾ ਮੈਂ ਪਹਿਲਾਂ ਕਿਹਾ ਜਿਹਦਾ ਜੋਰ ਚੱਲਦਾ ਜੋਰ ਚਲਾਉਂਦਾ ਤੇ ਬਾਕੀ ਕੋਟ ਟੇਕ ਜਾ ਪਰ ਬਿਹਤ ਨਿੰਦਣ ਜੋ ਗੱਲ ਹੈ ਜਿੱਥੇ ਇਹ ਘਟਨਾ ਵਾਪਰੀ ਹੈ ਉਥੇ ਵੀ ਵਿਰੋਧੀ ਧਿਰ ਦੇ ਵਜੋਂ ਮੈਂ ਕਹੂੰਗਾ ਕਾਂਗਰਸ ਪਾਰਟੀ ਲਗਾਤਾਰ ਸਿਆਸਤ ਕਰ ਰਹੀ ਹੈ ਪ੍ਰਿੰਕਾ ਗਾਂਧੀ ਪ੍ਰਿਓ ਉੱਥੇ ਨਹੀਂ ਪਹੁੰਚਦੇ ਜਿੱਥੇ ਉਹਨਾਂ ਦਾ ਗਾੜਾ ਯੂਪੀ ਉੱਥੇ ਪਹੁੰਚਿਆ ਜਾਂਦਾ ਮਤਲਬ ਕਿ ਉੱਥੋਂ ਉਹਨਾਂ ਨੂੰ ਪਤਾ ਹੈ ਕਿ ਉੱਥੋਂ ਅਸੀਂ ਵੋਟ ਬੈਂਕ ਪੱਕਾ ਕਰਨਾ ਤੇ ਅਸੀਂ ਉੱਥੇ ਹੀ ਜਾਣਾ ਤਾਂ ਦੂਸਰੇ ਪਾਸੇ ਕੋਰਾ ਸਭ ਤੋਂ ਬਾਅਦ 80 ਤੋਂ ਬਾਅਦ ਸੀਟਾ 88 ਦੇ ਕਿ ਸੀਟਾ ਨਹੀਂ ਜੀ ਉੱਥੋਂ ਬਿਲਕੁਲ ਸਹੀ ਗੱਲ ਹੈ ਇਹਹੀ ਗੱਲ ਬਾਤ ਹੈ ਕਿ ਯੂਪੀ ਦੇ ਵਿੱਚ ਵੋਟ ਬੈਂਕ ਜ਼ਿਆਦਾ ਇਸ ਗੱਲ ਕਰਕੇ ਉਹ ਲਿਖ ਕੇ ਜਾ ਰਹੇ ਮੈਨੂੰ ਇੱਕ ਗੱਲ ਹੋਰ ਬੜੀ ਅਜਸਪ੍ਰੀ ਜੀ ਅਹਿਮ ਗੱਲ ਯਾਦ ਆ ਰਹੀ ਹੈ ਆ ਬੀਤੇ ਦਿਨੀ ਰਾਹੁਲ ਗਾਂਧੀ ਹੋਰਾਂ ਨੇ ਜ਼ਿਕਰ ਕੀਤਾ ਕਿ ਕਾਨੂੰਨ ਨਾਮ ਦੀ ਚੀਜ਼ ਨਹੀਂ ਤੁਸੀਂ ਧਾਰਾ 144 ਲਾਗੂ ਜ਼ਰੂ ਅਸਲ ਦੇ ਵਿੱਚ ਫਿਰ ਮੈਨੂੰ ਯਾਦ ਆਈ ਗੱਲ ਐਮਰਜੈਂਸੀ ਦੀ ਕਿ ਸ਼ਾਇਦ ਤੁਹਾਡੇ ਘਰਾਂ ਦੇ ਵਿੱਚੋਂ ਕਿ ਐਮਰਜੈਂਸੀ ਲਗਾਈ ਗਈ ਸੀ ਉਸ ਵਕਤ ਵੀ ਇਹ ਜੀ ਅਣਅਲਾਨੇ ਜੋ ਸੀਗੇ ਲੋਕਾਂ ਦੇ ਉੱਪਰ ਥੋਪੇ ਗਏ ਲੋਕਾਂ ਨੂੰ ਪਤਾ ਨਹੀਂ ਸੀ ਕਿ ਸ਼ਾਇਦ ਕੱਲ ਨੂੰ ਐਮਰਜੈਂਸੀ ਲੱਗ ਜਾਣੀ ਹੈ इवन ਕਿ ਰਾਸ਼ਟਰਪਤੀ ਨੂੰ ਵੀ ਸ਼ਾਇਦ ਉਹ ਨਹੀਂ ਪਤਾ ਸੀ ਕਿ ਐਮਰਜੈਂਸੀ ਲੱਗਣ ਜਾ ਰਹੀ ਹੈ ਜੇ ਅਸਲ ਦੇ ਵਿੱਚ ਮੁੱਢ ਤੋਂ ਜਿਹੜੀਆਂ ਚੀਜ਼ਾਂ ਤੁਸੀਂ ਕੀਤੀਆਂ ਨੇ ਤਾਂ ਉਸ ਨੂੰ ਕਿਤੇ ਨਾ ਕਿਤੇ ਹੁਣ ਗਾਹਾਂ ਉਹੀ ਚੀਜ਼ੇ ਕਰ ਭਾਜਪਾ ਕਰ ਰਹੀ ਹੈ ਤਾਂ ਫਿਰ ਹੁਣ ਤੁਹਾਨੂੰ ਉਹ ਵੱਡੀ ਗੱਲ ਲੱਗ ਰਹੀ ਜਦੋਂ ਤੁਹਾਡੀ ਛਾਖ ਨਹੀਂ ਬਚੀ ਪੂਰੇ ਭਾਰਤ ਦੇ ਵਿੱਚ ਤਾਂ ਹੁਣ ਬੀਜੇਪੀ ਦਾ ਕਾਬਜ ਵੱਧਾ ਹੈ ਤਾਂ ਇਸ ਨੂੰ ਲੈ ਕੇ ਹਾਲਾਂਕਿ ਸਿਆਸਤ ਨੂੰ ਸਾਈਡ ਤੇ ਕਰਕੇ ਜੇਕਰ ਤੁਸੀਂ ਅਸਲੀਅਤ ਦੇ ਮਾਇਨੇ ਦੇ ਵਿੱਚ ਕਿਸਾਨਾਂ ਦੇ ਬਿਲਕੁਲ ਹਤੈਸ਼ੀਓ ਤਾਂ ਤੁਹਾਨੂੰ ਕੋਈ ਹੋਰ ਕਦਮ ਚੁੱਕਣੇ ਚਾਹੀਦੇ ਨੇ ਜਿਸ ਦੇ ਨਾਲ ਤੁਸੀਂ ਥੋੜ ਕਿਸਾਨਾਂ ਨੇ ਸਿੱਧੇ ਤੌਰ ਤੇ ਜਦੋਂ ਪਟਿਆਲੇ ਤੋਂ ਉਹਨਾਂ ਦਾ ਕਾਫਲਾ ਨਿਕਲ ਉਹਨਾਂ ਨੇ ਕਿਹਾ ਕਿ ਤੁਸੀਂ ਹੁਣ ਸਿਆਸਤ ਕਰ ਰਹੇ ਹੋ ਜਿਹੜੀ ਚਮਕਾਰ ਉਹ ਜੇਕਰ ਤੁਸੀਂ ਪਹਿਲਾਂ ਸਮੇਂ ਰਹਿੰਦੇ ਇਹ ਚੀਜ਼ ਦਾ ਵਿਰੋਧ ਕੀਤਾ ਹੁੰਦਾ ਤਾਂ ਸ਼ਾਇਦ ਅੱਜ ਦਿਨਾਂ ਦੇਖਣਾ ਪੈਂਦਾ। ਦੇਖੋ ਇਹ ਮੈਂ ਤੁਹਾਨੂੰ ਇੱਕ ਹੀ ਗੱਲ ਕਹਿਣਾ ਕਿ ਹਰ ਲੀਡਰ ਆਪਣੀ ਸੱਚ ਕਰਦਾ। ਬੀਤੀ 6 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਅਨਾਉਂਸ ਕਰਦੇ ਨੇ ਤੇ ਬੀਤੀ 7 ਤਰੀਕ ਨੂੰ ਨਵਜੋਤ ਸਿੰਘ ਸਿੱਧੂ ਆਪਣਾ ਕਾਫਲਾ ਲੈ ਕੇ ਬੱਧਦੇ ਨੇ ਠੀਕ ਆ ਜਿੱਥੇ ਸਾਨੂੰ ਸ਼ੰਕੇ ਸੀ ਵੀ ਕਿਤੇ ਨਾ ਕਿਤੇ ਰਸਤੇ ਚ ਰੋਕਿਆ ਜਾ ਸਕਦਾ ਸ਼ੰਭੂ ਉਹ ਵੀ ਨਿਕਲੇ ਅੱਗੇ ਵਧੇ ਅੱਗੇ ਯੂਪੀ ਦੇ ਵਿੱਚ ਐਂਟਰ ਹੋਏ ਤੇ ਇੱਕ ਸਮਾਨ ਪੈਂਦਾ ਕਾਦੇ ਲਈ ਤੁਸੀਂ ਇਹ ਸਭ ਕੁਝ ਕਰ ਰਹੇ ਹੋ ਜੇ ਤੁਸੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਹੀ ਹੈ ਤਾਂ ਤੁਸੀਂ ਸਿੱਧੇ ਜਾ ਕੇ ਵੀ ਕਰ ਸਕਦੇ ਹੋ ਤੁਸੀਂ ਦੋ ਬੰਦੇ ਵੀ ਜਾ ਸਕਦੇ ਹੋ ਚਾਰ ਵੀ ਜਾ ਸਕਦੇ ਹੋ ਗੱਲ ਕਰ ਸਕਦੇ ਆ ਪਰ ਲੋਕਾਂ ਨੂੰ ਦੱਸ ਕੇ ਢੰਡੋਰਾ ਪਟਕੇ ਢੋਲ ਲੈ ਕੇ ਤੁਸੀਂ ਗੱਲ ਕਰਦੇ ਹੋ ਬੀਬੀ ਅਸੀਂ ਜਾਣਾ ਹੈ ਕਿ ਫਿਰ ਕਦ ਲਈ ਜਾਣਾ ਹੈ ਕੇਵਲ ਤੇ ਕੇਵਲ ਮੀਡੀਆ ਦੇ ਵਿੱਚ ਸੁਰਖੀਆਂ ਬਟੋਰਨ ਦੇ ਲਈ ਹੁਣ ਉੱਥੇ ਵੀ ਨਵਜੋਤ ਸਿੰਘ ਸਿੱਧੂ ਜਦ 7 ਤਰੀਕ ਨੂੰ ਨਿਕਲੇ ਸੀ ਬੀਤੀ 7 ਤਰੀਕ ਨੂੰ ਜਾ ਪਹੁੰਚਦੇ ਨੇ ਜਾਂਦੇ ਨੇ ਇੱਕ ਸਭ ਕੁਆ ਕਦੇ ਨਹੀਂ ਕਰਦੇ ਨੇ 6 ਨੂੰ ਜੋ ਅਨਾਊਂਸਮੈਂਟ ਕਰਦੇ ਨੇ ਕਿ ਪ੍ਰਿਯੰਕਾ ਗਾਂਧੀ ਕਰਕੇ ਉਹਨਾਂ ਨੇ ਪ੍ਰਿੰਕਾ ਗਾਂਧੀ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਉਹਨਾਂ ਨੂੰ ਹੁਣ ਛੱਡ ਦਿੱਤਾ ਗਿਆ ਸੀ ਉਸ ਤੋਂ ਬਾਅਦ ਪਰ ਪ੍ਰਿੰਕਾ ਗਾਂਧੀ ਨੂੰ ਤੁਸੀਂ ਗ੍ਰਿਫਤਾਰ ਕੀਤਾ ਉਹਦੇ ਕਰਕੇ ਮੈਂ ਨਹੀਂ ਛੱਡਿਆ ਤਾਂ ਮੈਂ ਜਾਊਂਗਾ ਆਹ ਲੋਕ ਫਿਰ ਉਹਨਾਂ ਨੂੰ ਲੱਗਦਾ ਵੀ ਯਾਰ ਲੋਕਾਂ ਦੀ ਵੀ ਗੱਲ ਕਰ ਲਈਏ ਵੀ ਐਵੇਂ ਕੋਈ ਰੁੱਸੀ ਫਿਰ ਆਹ ਲੋਕਾਂ ਲਈ ਵੀ ਇਨਸਾਫ ਨਹੀਂ ਮਿਲਿਆ ਤਾਂ ਅਸੀਂ ਮਾਰਚ ਕਰ ਦਾਂਗੇ ਮੈਂ ਫਿਰ ਜਾਵਾਂਗਾ ਮਤਲਬ ਸਭ ਤੋਂ ਪਹਿਲਾਂ ਇੰਪੋਰਟੈਂਟ ਕੌਣ ਸੀ ਪ੍ਰਿੰਕਾ ਗਾਂਧੀ ਇੰਪੋਰਟੈਂਟ ਉਹ ਲੋਕ ਨਹੀਂ ਸੀ ਜਿਹੜੇ ਕਿ ਉੱਥੇ ਮਰੇ ਆ ਇੰਪੋਰਟੈਂਟ ਲੋਕ ਨੇ ਜਿਨ੍ਹਾਂ ਨਾਲ ਦੁੱਖ ਸਾਂਝਾ ਕਰਨ ਜਾਣਾ ਸੀ ਇੰਪੋਰਟੈਂਟ ਪ੍ਰਿੰਕਾ ਕਾਂਧੀ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਗੱਦੀ ਬਚਾਉਣੀ ਆ ਇਸ ਕਰਕੇ ਉਹਨਾਂ ਨੂੰ ਪ੍ਰਿੰਕਾ ਕਾਂਧੀ ਬਹੁਤ ਕੁਝ ਲੱਗ ਰਹੀ ਆ ਤੇ ਨਵਜੋਤ ਸਿੰਘ ਸਿੱਧੂ ਨੂੰ ਪਤਾ ਕਿ ਹੁਣ ਹਾਈ ਕਮਾਂਡ ਜਿਹੜੀ ਆ ਉਹਨਾਂ ਦੀ ਪ੍ਰਿੰਕਾ ਕਾਂਧੀ ਆ ਉਹ ਜਿੰਨਾ ਮਰਜੀ ਵਟੋਰ ਲੋ ਜਿਵੇਂ ਚਾਪਲੂਸੀ ਕਰ ਲੋ ਉਹਦੇ ਉਹਦੇ ਕਰਕੇ ਉਹ ਮਰਜ਼ੀ ਕੱਢ ਲੈਂਦੇ ਨੇ ਉਸ ਤੋਂ ਬਾਅਦ ਗੱਲ ਇਹ ਹੈ ਗਿਆ ਕਿ ਆਮ ਲੋਕਾਂ ਨਾਲ ਕੌਣ ਖੜਾ ਮੇਨ ਤਾਂ ਗੱਲ ਇਹ ਹੈਗੀ ਆ ਨਾ ਕੌਣ-ਕੌਣ ਉਹਨਾਂ ਦਾ ਸਹਾਰਾ ਬਣੂਗਾ ਜਿਹਦੇ ਘਰ ਦਾ ਕਪੁੱਤਰ ਚਲੇ ਗਿਆ ਇੱਕ ਬੜੀ ਚੰਗੀ ਗੱਲ ਸੀ ਕੁੜੀ ਨੇ ਕਿਹਾ ਉੱਥੇ ਲੜਕੇ ਦੀ ਭੈਣ ਸੀ ਛੋਟੀ ਵੀ ਸਾਨੂੰ ਪੈਸੇ ਦੀ ਲੋੜ ਨਹੀਂ ਸਾਨੂੰ ਇਨਸਾਫ਼ ਦੀ ਲੋੜ ਹੈ ਸਾਨੂੰ ਸਜ਼ਾਵਾ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਪਰ ਮੈਂ ਤੁਹਾਨੂੰ ਹਜੇ ਵੀ ਦੱਸ ਦੇਣਾ ਗੁਰਪ੍ਰੀਤ ਜੀ ਜੇ ਸਜ਼ਾ ਦੇਣੀ ਵੀ ਪੈਂਦੀ ਆ ਵੱਡਾ ਕਦਮ ਚੱਕਣਾ ਹੀ ਪਊਗਾ ਤਾਂ ਇੱਥੇ ਇਹ ਗੇਮ ਰਚੀ ਜਾਊਗੀ ਕਿ ਉਹ ਬੰਦੇ ਦੀ ਜਗ੍ਹਾ ਕੋਈ ਡਰਾਈਵਰ ਰੱਖਿਆ ਜਾਊਗਾ ਦਿਖਾਇਆ ਜਾਊਗਾ ਵੀ ਮੰਤਰੀਆਂ ਮੁੰਡਾ ਨਹੀਂ ਸੀ ਵੀਡੀਓ ਪਹਿਲਾਂ ਝੂਠੇ ਸੱਚੇ ਪੇਸ਼ ਕਰੇਗਾ ਬੜੀ ਦਾ ਬੱਕਰਾ ਬਣੂਗਾ ਕੋਈ ਹੋਰ ਬੜੀ ਦਾ ਬੱਕਰਾ ਬਣਾ ਕੇ ਉਹਨਾਂ ਦਾ ਡੱਕ ਦਿੱਤਾ ਜਾਊਗਾ થોੜੇ ਟਾਈਮ ਤੱਕ ਉਹ ਵੀ ਬਾਹਰ ਹੋਊਗਾ ਤੇ ਕੇਸ ਖਤਮ ਹੋ ਚੁੱਕਿਆ ਹੋਊਗਾ ਇਦਾਂ ਹੀ ਅਸੀਂ ਮਰਦੇ ਜਾਣਾ ਇਦਾਂ ਹੀ ਅਸੀਂ ਕੱਟਦੇ ਜਾਣਾ ਕੁਚਲਦੇ ਜਾਣਾ ਮਤਲਬ ਕਹਿਣ ਤੋਂ ਭਾਵ ਕਿ ਜਿੱਕਰ ਖਾਸ ਤੌਰ ਤੇ ਗੱਲ ਕੀਤੀ ਜਾਏ ਭਾਵੇਂ ਉਹ ਸਿੱਖ ਕੌਮ ਹੈ ਭਾਵੇਂ ਪੰਜਾਬੀ ਨੇ ਉਹ ਜੰਮੇ ਇਸ ਗੱਲ ਕਰਕੇ ਨੇ ਕਿ ਸ਼ਾਇਦ ਅੰਦੋਲਨ ਉਹਨਾਂ ਨੇ ਕਰਨੇ ਨੇ ਤਾਂ ਲੋਕਾਂ ਦੀ ਜਿਹੜੀ ਹੱਕ ਸੱਚ ਦੀ ਆਵਾਜ਼ ਆ ਉਸ ਨੂੰ ਬੁਲੰਦ ਕਰਨ ਦੇ ਲਈ ਉਹ ਜੰਮੇ ਨੇ ਮੈਂ ਵੀ ਇੱਕ ਸਟੇਟਸ ਦੇਖਿਆ ਜਿਸ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਕਿ ਕਾਦੇ ਲਈ ਅਸੀਂ ਜੰਮੇ ਆ ਅਸੀਂ ਜੰਮੇ ਇਸ ਚੀਜ਼ ਲਈ ਆ ਕਿ ਲੋਕਾਂ ਨੂੰ ਇਨਸਾਫ਼ ਦਵਾ ਸਕੀਏ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਉਠਾ ਸਕੀਏ ਦੇਖੋ ਮੈਂ ਇੱਕ ਗੁਰਬਾਣੀ ਚੋਂ ਲਾਈਨ ਹੈਗਾ ਬੜਾ ਸੋਹਣਾ ਸ਼ਬਦ ਹੈਗਾ ਕੁੱਤਾ ਰਾਜ ਬਹਾਲੀ ਫਿਰ ਚੱਕੀ ਚੱਤੇ। ਜੀ। ਇਹੀ ਕੰਮ ਹੈਗਾ ਕਿ ਜੇ ਕੁੱਤਾ ਰਾਜ ਜਿਹੜਾ ਹੁਣ ਸ਼ੁਰੂ ਹੋ ਚੁੱਕਿਆ ਤੇ ਹਾਲ ਬਹੁਤ ਬੱਤਰ ਤੋਂ ਬੱਤਰ ਹੁੰਦਾ ਜਾ ਰਿਹਾ। ਇੱਕ ਹੋਰ ਪੰਜਾਬੀ ਦੀ ਕਹਾਵਤ ਹੈਗੀ ਜਿੱਥੇ ਅਸੀਂ ਕਹਿੰਦੇ ਆ ਕਿ ਚੋਰ ਚੱਕਾ ਚੌਧਰੀ ਗੁੰਡੀ ਰਣ ਪ੍ਰਧਾਨ ਹੁਣ ਉਹ ਕੰਮ ਹੋਇਆ ਪਿਆ ਤੇ ਹੁਣ ਅੱਜ ਉਹਨਾਂ ਲੋਕਾਂ ਨੂੰ ਪੁੱਛੋ ਮੈਂ ਕਹਿੰਨਾ ਸਮ੍ਰਿਤੀ ਹਰਾਨੀ ਵਰਗੇ ਨੂੰ ਨੂੰਪਮ ਖੇਰ ਵਰਗੇ ਨੂੰ ਜਾਂ ਹੋਰ ਡਰਾਮੇਬਾਜ਼ਾਂ ਨੂੰ ਜਿਹੜੇ ਕਿ ਰੇਟ ਵਧਣ ਤੇ ਚੀਜ਼ਾਂ ਦੇ ਜਾਂ ਕੁਝ ਮਾੜਾ ਦੁਖਤਕਲੀਪ ਹੋ ਕੇ ਪਿੱਟ ਪਿੱਟ ਰਾਉਂਡ ਮਰ ਜਾਂਦੇ ਨੇ ਉਹਦੇ ਡਰਾਮੇ ਰਚਦੇ ਨੇ ਆਪਣੇ ਸੋਸ਼ਲ ਅਕਾਊਂਟਾਂ ਦੇ ਬੈਠ ਕੇ ਵੀ ਕਹਿੰਦੇ ਨੇ ਕਿ ਅਸੀਂ ਦੇਸ਼ ਲਈ ਬੜੇ ਉਹ ਆ ਹੋਂ ਕਿ ਨਹੀਂ ਬੋਲਦੇ ਹੁਣ ਐਡੀ ਘਟਨਾ ਵਾਪਰੀ ਐ ਹੁਣ ਤੁਸੀਂ ਕਿੱਥੇ ਹੋ ਕਿੱਥੇ ਤੁਹਾਡਾ ਹਿਊਮਨ ਰਾਈਟ ਜਾਂ ਕਿੱਥੇ ਤੁਹਾਡੀ ਉਹ ਸਾਰੀਆਂ ਦਲੀਲਾਂ ਕਿੱਥੇ ਲੀਕਿਆ ਬਿਲਕੁਲ ਬਿਲਕੁਲ ਫਿਰ ਫਿਰ ਉਹੀ ਉਹੀ ਦੀ ਜਾਏ ਹਲਕੀਂਪੁਰ ਵਾਲੀ ਘਟਣਾ ਚਾਹੀਦਾ ਤੁਸੀਂ ਦੇਖੋ ਸਿਰਫ ਕੇਵਲ ਦੇ ਕੇਵਲ ਮੈਂ ਸਲੂਟ ਕਰਦਾ ਇੱਕ ਦੋ ਚੈਨਲ ਮੈਂ ਨਾਮ ਨਹੀਂ ਲਵਾਗਾ ਪਰ ਉਹ ਚੈਨਲਾਂ ਨੂੰ ਛੱਡ ਬਾਕੀ ਸਾਰੇ ਮੋਦੀ ਦੇ ਗੁਣ ਗਾਉਂਦੇ ਜਿਹੜਾ ਸਰਕਾਰ ਦੇ ਗੁਣ ਗਾਉਦੇ ਜੋਗੀ ਦੇ ਗੁਣ ਗਾਉਂਦੇ ਨਜ਼ਰ ਆਏ ਜਾਂ ਉਸ ਮੰਤਰੀ ਜਾਂ ਮੰਤਰੀ ਦੇ ਪੁੱਤ ਨੂੰ ਬਚਾਉਂਦੇ ਨਜ਼ਰ ਆਏ ਹੋਰ ਹੋਰ ਕਿਸੇ ਕੁਝ ਨਹੀਂ ਕਰਦੇ ਨਜ਼ਰ ਆਏ ਉਲਟਾ ਕਿਸਾਨਾਂ ਨੂੰ ਅੱਤਵਾਦੀ ਖਾਲਸਾ ਨਹੀਂ ਇੱਥੋਂ ਤੱਕ ਕੇ ਇੱਕ ਦੋ ਐਸੇ ਮਹਾ ਚਮਚੇ ਮਤਲਬ ਮੈਂ ਕਹਾਂ ਜਿਨ੍ਹਾਂ ਨੇ ਕਿ ਹੁਣ ਆਪਾਂ ਨੂੰ ਆਪ ਨੂੰ ਪੱਤਰਕਾਰ ਜਾਂ ਪੱਤਰਕਾਰੀ ਕਰਦੇ ਹੋਈ ਸ਼ਰਮ ਆਉਂਦੀ ਹੈ ਕਿ ਕੁਝ ਇੱਕ ਜੋ ਐਸੇ ਮਹਾ ਚਮਚੇ ਨਿਕਲੇ ਕਿ ਜਿਹਨੇ ਮੈਨੂੰ ਲੱਗਦਾ ਵੀ ਬਸ ਉਹ ਇਹੀ ਕਹਿ ਸਕਦੇ ਨੇ ਵੀ ਇਨਡਾਇਰੈਕਟਲੀ ਵੀ ਸਾਡਾ ਸਾਰਾ ਕੁਝ ਮੋਦੀ ਹੈ ਮਤਲਬ ਐਸੇ ਲੋਕ ਨੇ ਹੋਣੇ ਉਹਨਾਂ ਨੇ ਚਾਹੇ ਤੱਕ ਦਿਖਾਦਾ ਵੀ ਖਾਲਸਤਾਨੀ ਸਮਰਥਕ ਅੰਦਰ ਮੌਜੂਦ ਹੀ ਹੁੰਦੇ ਧਰਨੇ ਦੇ ਵਿੱਚ ਉੱਥੇ ਜਿਹੜੇ ਲੋਕ ਤੁਰੇ ਜਾ ਰਹੇ ਸੀ ਜਿਨ੍ਹਾਂ ਨੇ ਮੂਵਮੈਂਟ ਬਣਾਈ ਵੀ ਉਹ ਪਿੰਡਾਂ ਦੇ ਆਮ ਬੰਦੇ ਨੇ ਜਿਹੜੇ ਤੁਰੇ ਜਾ ਰਹੇ ਆ ਜਿਦੋਂ ਤੁਸੀਂ ਗੱਡੀ ਨਾਲ ਕੋਲ ਚਲਦੇ ਹੋ ਉੱਥੇ ਕਿਹੜੇ ਖਾਲਸਤਾਨੀ ਆ ਗਏ ਕਿਹੜੇ AK47 ਨਾਲ ਘੁੰਮਦੇ ਬਈ ਕਿਹੜੇ ਕੋਈ ਦਿੱਕਤਾਂ ਪੈਦਾ ਕਰ ਰਹੇ ਸੀ ਮਤਲਬ ਇਸ ਤਰੀਕੇ ਨਾਲ ਜੇਕਰ ਸਾਡਾ ਮੀਡੀਆ ਵੀ ਰੋਲ ਅਦਾ ਕਰ ਰਿਹਾ ਤਾਂ ਦੇਸ਼ ਕਿਸ ਪਾਸੇ ਨੂੰ ਜਾਊਗਾ ਬਈ ਇਹ ਬੜਾ ਚਿੰਤਾ ਪਰ ਇਸ ਦਰਮਿਆਨ ਮੈਨੂੰ ਇੱਕ ਗੱਲ ਜ਼ਰੂਰੀ ਆਈ ਬੀਤੇ ਦਿਨ ਵੀ ਅਸੀਂ ਇਸ ਜ਼ਿਕਰ ਕੀਤਾ ਸਰਕਾਰ ਨੇ ਸੀਨੀਅਰ ਜਰਨਲਿਸਟ ਨੇ ਕਿ ਜਦੋਂ ਵਿਦੇਸ਼ੀ ਦੌਰੇ ਤੇ ਗਏ ਨਰਿੰਦਰ ਮੋਦੀ ਹੋਰੀ ਤਾਂ ਉਸ ਵਕਤ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਗੱਲ ਦੀ ਚਰਚਾ ਜ਼ਰੂਰ ਕੀਤੀ ਕਿ ਭਾਰਤੀ ਮੀਡੀਆ ਬਹੁਤ ਸਹੀ ਹੈ ਤਾਂ ਮਤਲਬ ਕਿ ਅਮਰੀਕਨ ਮੀਡੀਆ ਦੇ ਨਾਲੋਂ ਹਾਲਾਂਕਿ ਉੱਥੇ ਇਸ ਈ ਨੂੰ ਲੈ ਕੇ ਵੀ ਵਿਵਾਦ ਵੀ ਖੜਾ ਹੋਇਆ ਕਿਉਂਕਿ ਜਿਹੜੇ ਆ ਉਹਨਾਂ ਦੇ ਸੀਨੀਅਰ ਪੱਤਰਕਾਰ ਸੀ ਉਹਨਾਂ ਨੇ ਬੋਡੀ ਇਸ ਸੀ ਨੂੰ ਲੈ ਕੇ ਗੁੱਸਾ ਬ੍ਰੇਡ ਕੀਤਾ ਲੇਕਿਨ ਮੇਰ ਕੋ ਬਿਲਕੁਲ ਗੱਲ ਸਹੀ ਆ ਮੈਂ ਤੁਹਾਨੂੰ ਥੋੜੀ ਗੱਲ ਜੋਬ ਵੰਡਣ ਦੀ ਗੱਲ ਵੀ ਕੁਝ ਸਹੀ ਆ ਕਿ ਭਾਰਤੀ মিডিਆ ਸਹੀ ਆ ਉਹਨੇ ਕਿਸ ਲੈਜੇ ਨਾਲ ਕਿਹਾ ਸੀ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਲੈਜੇ ਨਾਲ ਕਹਿੰਦੇ ਵੀ ਪ੍ਰਧਾਨ ਮੰਤਰੀ ਜੀ ਵੀ ਭਾਰਤੀ মিডিਆ ਤੁਹਾਡੇ ਲਈ ਬੜਾ ਸਹੀ ਆ ਬੜੇ ਥੋੜੀ ਚਮਚੀ ਥੋੜੇ ਦਾ ਗੁਣਗਾਉਂਦਾ ਥੋੜੇ ਦਾ ਬੜੇ ਸਾਡੇ ਇੱਥੇ ਐਂਟੀ ਹੈ ਵੀਰ ਜੀ ਤੇ ਸਾਡੇ ਇੱਥੇ ਐਂਟੀ ਆ मतलब असली ਦੇ ਵਿੱਚ মিডিਆ ਤਾਂ ਉਹ মিডিਆ ਸੀ ਉੱਥੇ ਦਾ ਬਿਲਕੁਲ ਸਹੀ ਉਹੀ ਚੀਜ਼ ਮੈਂ ਗੱਲ ਕਰ ਰਿਹਾ ਉਹਨਾਂ ਨੇ ਇਹ ਦੱਸਿਆ ਕਿ ਟਿਕਾਊ ਘਟਿਆ ਸਾਡੇ ਕਸ਼ਮੀਰੀਆ ਤੁਹਾਡੇ ਸਾਡਾ ਨਹੀਂ ਹੈਗਾ ਤੇ ਹੁਣ ਬੜਾ ਤਕਲੀਫ ਹੋਊਗੀ ਸਾਡੇ ਗੱਲਾਂ ਸੁਣ ਕੇ ਬੜੇ ਤਿੱਖੀ ਅੱਜ ਆਪਾਂ ਗੱਲਾਂ ਕਰ ਰਿਹਾ ਪਰ ਇਹ ਸੱਚ ਨੇ ਕਿਉਂਕਿ ਇੰਨਾ ਕਰਕੇ ਅਸੀਂ ਵੀ মিডিਆ ਪਰਸਨਾਂ ਨੂੰ ਵੀ ਸ਼ਰਮ ਆਉਂਦੀ ਹੈ ਅਗਲਾ ਇਹ ਹਾਲਾਤ ਬਣੇ ਹੋਏ ਆ ਜਦ ਅਸੀਂ ਗੱਲ ਕਰਦੇ ਆ ਤਾਂ ਅਗਲਾ ਬڑے ਭੜੇ ਭੜੇ ਮਤਲਬ ਵੀ ਕਿਹਾ ਹੋਇਆ ਦੱਲਾ ਦੋ ਨੰਬਰੀਆ ਚੋਰ ਚਕਾਰ ਇਹ ਜੇ ਸ਼ਬਦ ਨਾਲ ਸਾਨੂੰ ਜੋੜ ਦਿੰਦਾ ਕਿ ਮਾਨ ਸਨਮਾਨ ਵਾਲਾ ਸੀ ਬੀਪੀ ਜੀ ਮੈਂ ਅੱਜ ਤੋਂ ਜੇ ਵੱਡੇ ਜਾਂਦੇ ਆਪਣੇ ਆਪਣੇ ਫਾਦਰ ਜਾਂ ਉਹਨਾਂ ਦੇ ਵੱਡੇ ਦੀ ਗੱਲ ਕਰਾਂ ਉਹ ਗੱਲ ਹਜੇ ਵੀ ਸਾਨੂੰ ਕਹਿੰਦੇ ਸੀ ਪੰਜ ਚਾਰ ਸਾਲ ਪਹਿਲਾਂ ਵੀ ਕਾਕਾ ਪੱਤਰਕਾਰੀ ਤਾਂ ਕੱਦੀ ਮਰ ਚੁੱਕੀ ਆ ਕੇਵਲ ਅਸੀਂ ਲਾਸ਼ ਧੌਂਦੇ ਫਿਰਦੇ ਆ ਥੋੜੇ ਦਿਨ ਟਾਈਮ ਤੇ ਕਿ ਲਾਸ਼ ਵੀ ਦੱਬ ਦੇਣੀ ਹੈ ਪੱਤਰਕਾਰੀ ਬਿਲਕੁਲ ਖਤਮ ਹੋ ਜਾਣੀ ਹੈ ਉਹ ਕੰਮ ਅੱਜ ਹੈਗਾ ਤੇ ਕੇਵਲ ਚਮਚਿਆਂ ਦੇ ਜਾਂ ਇਹ ਹੀ ਚੀਜ਼ ਹੈ ਜਾਂ ਇੱਕ ਕੁਲਾਮੀ ਕਰਨ ਵਾਲੇ ਲੋਕ ਜਾਂ ਚਾਪਲੂਸੀ ਕਰਨ ਵਾਲੇ ਅੱਜ ਕੱਲ ਪੱਤਰ بڑے ਪੱਤਰਕਾਰ ਨਹੀਂ ਹੋਰ ਕੁਝ ਨਹੀਂ ਅੱਗੇ ਅੱਗੇ ਖਬਰ ਲਿਖਦਾ ਹੁੰਦਾ ਸੀ ਪੱਤਰਕਾਰ ਤੇ ਹੁਣ ਖਬਰ ਆਉਂਦੀ ਹੈ ਜਾਂ ਤਾਂ ਜਾਂ ਤਾਂ ਵਕ ਵਕ ਪਾਰਟੀ ਦੇ ਦਫ਼ਤਰੋਂ ਭਾਵੇਂ ਉਹ ਕਿਹੜੀ ਮਰਜ਼ੀ ਪਾਰਟੀ ਆ ਉਹਨਾਂ ਦੇ ਦਫ਼ਤਰੋਂ ਤੁਹਾਨੂੰ ਖਬਰ ਬਣੀ ਬਣਾਈ ਆਉਣੀ ਹੈ ਤੇ ਉਹੀ ਤੁਸੀਂ ਵਿੱਚ ਆਪਣਾ ਨਾਮ ਐਡਿਟ ਕਰਕੇ ਉਦਾਂ ਹੀ ਭਾਵੇਂ ਖ਼ਬਰ ਜਾਂ ਭਾਵੇਂ ਵੀਡੀਓ ਹੈ ਤਾਂ ਉਹਨਾਂ ਨੂੰ ਤੁਸੀਂ ਭੇਜਦੇ ਨਹੀਂ ਮਤਲਬ ਕਿ ਇੱਥੇ ਹੀ ਤੱਕ ਪੱਤਰਕਾਰੀ ਹੈ ਜਿਹੜੇ ਤੁਸੀਂ ਜ਼ਿਕਰ ਕੀਤਾ ਕਿ ਸਾਡੇ ਸਿਆਣੇ ਨੇ ਗੱਲ ਕਰੀ ਹੈ ਬਿਲਕੁਲ ਹੈਗੀ ਆ ਸੋ ਇਸ ਇਹੀ ਪੱਤਰਕਾਰ ਦਾ ਨਮੂਨਾ ਦੇਖਣ ਨੂੰ ਮਿਲਿਆ ਲਖੀਮਪੁਰ ਵਾਲੀ ਘਟਨਾ ਦੇ ਵਿੱਚ ਜੇਕਰ ਮੀਡੀਆ ਵੀ ਆਪਣਾ ਸਹੀ ਰੋਲ ਅਦਾ ਕਰਦਾ ਲੋਕਾਂ ਤੱਕ ਆਵਾਜ਼ ਹੋਰ ਬਲੰਦ ਹੁੰਦੀ ਸਰਕਾਰਾਂ ਦੇ ਮਨਾਂ ਦੇ ਵਿੱਚ ਡਰ ਹੁੰਦਾ ਵੀ ਨਹੀਂ ਪਾਈ ਇਹ ਹੁਣ ਗੱਲ ਹੱਦੋਂ ਬਾਹਰ ਹੋਈ ਹੋਈ ਆ ਹਾਲਾਂਕਿ ਹੱਦੋਂ ਬਾਹਰ ਤਾਂ ਹੁਣ ਵੀ ਹੋਈ ਹੋਈ ਆ ਪਰ ਉਹ ਇਹਨੂੰ ਜਿਹੜੇ ਦੂਰ-ਦਰਾਡੇ ਲੋਕ ਬੈਠੇ ਨੇ ਜਿਨ੍ਹਾਂ ਨੇ ਹੈ ਜੀ ਟੀਵੀ ਦੇਖੀ ਦੇਖਣਾ ਜਿਹੜੇ ਤਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਨੇ ਉਹਨਾਂ ਦਾ ਪਤਾ ਲੱਗ ਗਿਆ ਵੀ ਹੋਇਆ ਕੀ ਆ ਪਰ ਜਿਹੜੇ ਟੀਵੀ ਦੇਖਣ ਵਾਲੀ ਕੇਬਲ ਬੈਠੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਿਆ ਵੀ ਹੋਇਆ ਇੱਕ ਕੱਲ ਹੋਰ ਹੈ ਜੇ 26 ਜਨਵਰੀ ਨੂੰ ਵੀ ਉੱਥੇ ਸ਼ਾਇਦ ਮੈਨੂੰ ਲੱਗਦਾ ਪੰਜਾਬੀ ਮੀਡੀਆ ਨਾ ਹੁੰਦਾ ਦਿੱਲੀ ਵਿਖੇ ਜਾਂ ਫਿਰ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਵਕ ਗਾਜੀਪੁਰ ਬਾਰਡਰ ਤੇ ਵਕ ਜਿੱਥੇ ਵੀ ਬਾਲ ਲਗਾਤਾਰ ਪ੍ਰਦਰਸ਼ਨ ਹੋ ਰਿਹਾ ਸੀ ਤਾਂ ਉੱਥੇ ਉਸ ਨੂੰ ਵੀ ਨੈਸ਼ਨਲ মিডিਆ ਨੇ ਕਿਸੇ ਹੋਰ ਢੰਗ ਦੇ ਨਾਲ ਪੇਸ਼ ਕਰਨਾ ਸੀ ਜੇਕਰ ਪੰਜਾਬੀ মিডিਆ ਨਾ ਹੁੰਦਾ ਕਿਉਂਕਿ ਪੰਜਾਬੀ মিডিਆ ਨੇ ਅਸਲੀਅਤ ਨਿਰਪੱਖ ਚੀਜ਼ਾਂ ਦਿਖਾਈਆਂ ਨੇ ਭਾਵੇਂ ਉਹ ਸੋਸ਼ਲ ਵੈਬ ਪੇਜ ਨੇ ਸੋਸ਼ਲ ਵੈਬ মিডিਆ ਕਿਹੜਾ ਮਰਜੀ ਪੇਜ ਆ ਉਹਨਾਂ ਨੇ ਬਹੁਤ ਸਹੀ ਤਰੀਕੇ ਦੇ ਨਾਲ ਦਿਖਾਇਆ ਉਸ ਸੀਜ਼ਨ ਬਿਲਕੁਲ ਬਿਲਕੁਲ ਜੀ ਇਹ ਵੇਖੋ ਕਸਾ ਹੈ ਜਾਂ ਦਰੁਸਤ ਹੈ ਕਿਉਂਕਿ ਉਹਨਾਂ ਨੇ ਅੱਖ ਕੰਨ ਮੂੰਹ ਬਣ ਕੇ ਕੰਮ ਕੀਤਾ ਹਾਲਾਂਕਿ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀਡੀਓ ਨੂੰ ਦੱਬਣਾਂ ਦੀ ਕੋਸ਼ਿਸ਼ ਕੀਤੀ ਬਹੁਤ ਕੁਝ ਕੀਤਾ ਗਿਆ ਪਰ ਉਹਨੇ ਕੀਤਾ ਉਹਦਾ ਨਤੀਜਾ ਕੀ ਨਿਕਲਿਆ ਕਿ ਪੂਰੀ ਤਰ੍ਹਾਂ ਜਿਹੜਾ ਇਨਸਾਫ ਜਿਹੜਾ ਰਿਹਾ ਪਰ ਪਰ ਜੇ ਜੇਕਰ ਗੋਦੀ ਮੀਡੀਆ ਇਕੱਲਾ ਕੰਮ ਕਰਦਾ ਹੁੰਦਾ ਸਾ ਅੱਤਵਾਦੀ ਕਾਲਸਥਾਨੀ ਪਤਾ ਨਹੀਂ ਕੀ ਕੀ ਨਾਮ ਦਿੰਦੇ ਪਰ ਇਹ ਹੁਣ ਇਹ ਗੱਲ ਹੈਗੀ ਹੈ ਕਿ ਰੋਲ ਸਹੀ ਅਦਾ ਕਰਨੇ ਪੈਣਗੇ ਮੀਡੀਆ ਨੂੰ ਵੀ ਇਸ ਘਟਨਾ ਨੂੰ ਲੈ ਕੇ ਅਦਾਲਤਾਂ ਨੂੰ ਵੀ ਬੋਲਣਾ ਪਵੇਗਾ ਜਾਂ ਉਹ ਕਾਨੂੰਨੀ ਮਾਹਿਰ ਲੋਕਾਂ ਨੂੰ ਵੀ ਹੁਣ ਅੱਗੇ ਆਉਣਾ ਪੈਣਾ ਐਂਟੀ ਪਾਰਟੀਆਂ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਅੱਗੇ ਆਉਣਾ ਪੈਣਾ ਤੇ ਕਰਨੀ ਪੜਣੀ ਹੈ ਗੱਲ ਇਸ ਮੁੱਦੇ ਤੇ ਕਿਉਂਕਿ ਅੱਜ ਇਹ ਲਖੀਮਪੁਰ ਦੀ ਘਟਨਾ ਨਹੀਂ ਹੈਗੀ ਦੇਸ਼ ਦੀ ਉਹ ਘਟਨਾ ਹੈ ਜੇਕਰ ਉਹ ਕਾਰ ਉੱਥੇ ਚੜੀ ਹੈ ਲੋਕਾਂ ਤੇ ਤਾਂ ਇਹ ਗੱਲ ਯਾਦ ਰੱਖਿਓ ਰੋਡ ਤੇ ਤੁਸੀਂ ਵੀ ਤੁਰਦੇ ਹੋ ਤੇ ਕਾਰ ਤੁਹਾਡੇ ਤੇ ਚੜ ਸਕਦੀ ਹੈ ਬਿਲਕੁਲ ਅਸਲ 'ਚ ਕੋਈ ਪਤਾ ਨਹੀਂ ਕਿ ਕਿਸ ਨੂੰ ਕਿਵੇਂ ਕਿਹੜੇ ਰੂਪ ਦੇ ਵਿੱਚ ਸਨੇ ਆ ਕੇ ਦੱਬਣ ਦੀ ਕੋਸ਼ਿਸ਼ ਕਰਨੀ ਕਿਉਂਕਿ ਜਦੋਂ ਤੁਸੀਂ ਅੱਕ ਸੱਚ ਦੀ ਆਵਾਜ਼ ਦੀ ਗੱਲਬਾਤ ਕਰਦੇ ਹੋ ਤਾਂ ਬਿਲਕੁਲ ਬਹੁਤ ਔਕੜਾਂ ਬਹੁਤ ਆਉਂਦੀਆਂ ਨੇ ਲੇਕਿਨ ਜਦੋਂ ਰਿਜ਼ਲਟ ਆਉਂਦੇ ਨੇ ਤਾਂ ਫਿਰ ਬਾਅਦ ਵਿੱਚ ਪਤਾ ਲੱਗਦਾ ਕਿ ਹਾਂ ਕਿ ਇਹ ਗੱਲ ਅਸਲੀਅਤਾਂ ਅਸਲੀਅਤ ਹੀ ਸੱਚ ਦਾ ਸੱਚ ਹੀ ਸੀ ਤੇ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਏ ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਜਾਂ ਫਿਰ ਮੈਂ ਕਹੂੰਗਾ ਕਿ ਉਥੋਂ ਦੇ ਜਿਨ੍ਹਾਂ ਦੇ ਮੁੰਡੇ ਨੇ ਇਹ ਸਾਰੀ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਜੋ ਕਿ ਐਫਆਈਆਰ ਲਾਂਚ ਹੋ ਗਈ ਤਾਂ ਤੁਹਾਨੂੰ ਕੀ ਲੱਗਦਾ ਹੁਣ ਜਸਪ੍ਰੀ ਜੀ ਕਿ ਭਾਜਪਾ ਸਰਕਾਰ ਇਹਨਾਂ ਜੋ 8 ਦਿਨਾਂ ਦਾ ਟਾਈਮ ਮਿਲੇ ਸਮਾਂ ਬੌਂਡ ਮਿਲੇ ਸਤਿਤਾ ਦੂਰ ਦੀ ਗੱਲ ਆ ਜਿਸ ਹਾਲਾਤ ਦਾ ਮਾਹੌਲ ਬਣਿਆ ਹੋਇਆ ਕਰੰਟ ਸਿਚੁਏਸ਼ਨ ਦਾ ਤੇ ਹੋ ਸਕਦਾ ਵੀ ਇਸ ਉੱਤੇ ਕੋਈ ਕਾਰਵਾਈ ਵੱਡੀ ਕਰਨ ਦਾ ਡਰਾਮਾ ਕੀਤਾ ਜਾਵੇ ਹਾਲਾਂਕਿ ਇਹ ਵੀ ਤੁਗ ਗੱਲ ਆਈ ਸੀ ਕਿ ਆਤਮ ਸੰਪਰਪਨ ਕਰਨ ਦੀ ਵੀ ਗੱਲਾਂ ਨਿਕਲੀਆਂ ਪਰ ਗੱਲ ਇਹ ਹੈਗੀ ਆ ਕਿ ਅਸਤੀਫੇ ਕੱਦ ਦੇਣਗੇ ਕੱਦ ਸਾਡੇ ਮੰਤਰੀ ਨੂੰ ਸ਼ਰਮ ਆਊਗੀ ਤੁਸੀਂ ਦੇਖੋ ਕਿ ਮੈਂ ਇੱਕ ਵਿਦੇਸ਼ ਦੇ ਇੱਕ ਮੰਤਰੀ ਦੀ ਗੱਲ ਬਾਰੇ ਪੜ ਰਿਆ ਸੀ ਤੇ ਸਿਰਫ ਤੇ ਸਿਰਫ ਉਹਨਾਂ ਨੂੰ ਉਹਨਾਂ ਤੇ ਮਾੜਾ ਜਾਂ ਕਿਸੇ ਚੀਜ਼ ਨੂੰ ਲੈ ਕੇ ਕ腐ਸ਼ਨ ਲੈ ਕੇ ਇਲਜ਼ਾਮ ਲੱਗਿਆ ਵੀ ਤੁਹਾਡੇ ਟਾਈਮ 'ਚ ਮਾੜੀ ਕ腐ਸ਼ਨ ਹੋਈ ਤੇ ਉਹਨਾਂ ਨੇ ਉੱਥੋਂ ਅਸਤੀਫਾ ਦੇ ਕੇ ਆਪਣਾ ਪਦ ਛੱਡ ਦਿੱਤਾ ਜੋਬ ਆਈਡੈਂਟ ਜਿਹਨੇ ਤੁਸੀਂ ਗੱਲ ਕੀਤੀ ਹੈ ਜੋਬ ਆਈਡੈਂਟ ਉੱਤੇ ਇੱਕ ਕੁੜੀ ਨੂੰ ਛੇੜਛਾੜ ਦਾ ਮਾਮਲਾ ਲੈ ਕੇ ਗੱਲ ਆਈ ਸੀ ਸਾਹਮਣੇ ਹਜੇ ਸਿਰਫ ਇਕੱਲੇ ਕਿਸੇ ਇੱਕ ਪੱਤਰਕਾਰ ਨੇ ਚੱਕੀ ਸੀ ਵੀ ਆਹ ਗੱਲ ਹੋਈ ਆ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਐਸਾ ਕੁਝ ਹੈ ਤਾਂ ਮੈਂ ਮਾਫੀ ਮੰਗਦਾ ਸਾਰਿਆਂ ਤੋਂ ਤੇ ਉਹਨਾਂ ਨੇ ਖੁੱਲ੍ਹ ਕੇ ਮਾਫੀ ਮੰਗ ਕੇ ਮਤਲਬ ਇਲਜ਼ਾਮ ਕਬੂਲ ਕਰ ਲਏ ਮਤਲਬ ਇਹ ਇਹ ਹੁੰਦਾ ਇੱਕ ਮ ਜੈਂਟਲ ਜੈਂਟਲਮੈਨ ਜੈਂਟਲਮੈਨਸ਼ਿਪ ਜਿਹੜੀ ਨਿਭਾਉਂਦੇ ਨੇ ਤੇ ਸਾਡੇ ਵਾਲੇ ਲੋਕ ਇਹਨਾਂ ਨੂੰ ਜੇ ਤੁਸੀਂ ਕਹਿ ਵੀ ਦੋ ਵੀ ਤੂੰ ਮਰਡਰਮ ਕੀਤਾ ਤਾਂ ਵੀ ਹੱਥ ਧੋ ਕੇ ਕਹਿਣਗੇ ਨਹੀਂ ਨਹੀਂ ਤਾਂ ਰੰਗ ਲੱਗ ਗਿਆ ਸੀ ਇਸ ਤਾਂ ਮਾਰੇ ਹੀ ਨਹੀਂ ਕਿਸੇ ਨੂੰ ਤੇ ਮਤਲਬ ਇੰਨੇ ਬੇਸ਼ਰਮ ਤੇ ਇੰਨੇ ਗਿਰੇ ਹੋਈ ਸਾਡੇ ਲੋਕ ਨੇ ਇੱਕ ਬਹੁਤ ਸੋਹਣਾ ਇੱਕ ਸ਼ੇਅਰ ਸੀਗਾ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਵੀ ਉਹ ਉਸ ਰਾਈਟਰ ਨੇ ਬੋਲਿਆ ਸੀ ਇਹ ਵੀ ਚੋਰ ਚੱਕੋ ਕੀ ਆਖਰੀ ਪੰਕਤੀਆਂ ਸੁਣਾਉਣਾ ਜੋ ਨਹੀਂ ਵੀ ਹੋਗਾ ਉਹ ਕੱਲ ਕੋ ਖਬਰ ਮੇ ਆ ਜਾਏਗਾ ਚੋਰ ਚੱਕੋ ਕੀ ਕਰੋ ਕਦਰ ਕਿਆ ਪਤਾ ਕੌਣ ਕੱਲ ਕੋ ਕਿਸੇ ਸਰਕਾਰ ਮੇ ਆ ਜਾਏਗਾ ਬਿਲਕੁਲ ਸਹੀ ਗੱਲ ਹੈ ਸੋ ਇਹ ਬਹੁਤ ਛੋਟੀਆਂ ਸਤਰਾਂ ਦੇ ਵਿੱਚ ਸਾਰਾ ਕੁਝ ਕਾਫੀ ਕੁਝ ਜੋ ਹੈ ਲੁਕਿਆ ਹੋਇਆ ਜੇ ਤੁਸੀਂ ਜਾਣ ਵੀ ਗਏ ਹੋਗੇ ਸੋ ਜਸਪ੍ਰੀਤ ਜੀ ਫਿਲਹਾਲ तमाम ਮੁੱਦੇ ਤੇ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਕਿਉਂਕਿ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹਾਲਾਂਕਿ ਪੂਰੇ ਮਸਲੇ ਨੂੰ ਲੈ ਕੇ ਪੂਰੇ ਮੁੱਦੇ ਨੂੰ ਲੈ ਕੇ ਲਗਾਤਾਰ ਜੋ ਵੀ ਅਸੀਂ ਤਫਸੀਲ ਦੇ ਨਾਲ ਆਪਸ ਦੇ ਵਿੱਚ ਚਰਚਾਵਾ ਕਰ ਰਹੇ ਹਾਂ ਉਸ ਤੋਂ ਸਿੱਧੇ ਤੌਰ ਤੇ ਇਹ ਸਿੱਧ ਹੁੰਦਾ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਕੁਝ ਨਾ ਕੁਝ ਤਾਂ ਜੋ ਹੈ ਕਸੂਰ ਹੈ ਹੀ ਜਿਸ ਤੋਂ ਬਾਅਦ ਅਜੇ ਪ੍ਰੋਟੈਸਟ ਹੋ ਰਹੇ ਨੇ ਜਿਸ ਤੋਂ ਬਾਅਦ ਇਹ ਜਾ ਰੋਸਾ ਜਤਾਇਆ ਜਾ ਰਿਹਾ ਤਾਂ ਘਟੋ-ਘਟੇ ਇਹੀ ਤਾਂ ਗੱਲ ਕੀਤੀ ਜਾ ਰਹੀ ਹੈ ਕਿ ਤੁਸੀਂ ਕਟੋ ਕਟ ਇੱਕ ਵਿਅਕਤੀ ਦੀ ਤੁਲਨਾ ਪੈਸੇ ਨਾਲ ਨਾ ਕਰੋ ਕਿਉਂਕਿ ਪੈਸੇ ਦਾ ਕੁਝ ਨਹੀਂ ਹੈ ਪੈਸਾ ਅੱਜ ਹੈ ਕੱਲ ਨੂੰ ਨਹੀਂ ਹੈ ਜਾਂ ਪਰਸ ਨੂੰ ਹੈ ਲੇਕਿਨ ਇੱਕ ਇਨਸਾਨ ਜੇਕਰ ਉਹ ਚਲੇ ਗਿਆ ਪਾਵੇਂ ਉਹ ਕੋਈ ਪਾਛਪਾदाई ਆਗੂ ਹੈ ਕੱਲੇ ਕਿਸਾਨਾਂ ਦੀ ਗੱਲ ਨਹੀਂ ਭਾਵੇਂ ਭਾਜਪਾ ਦੀ ਆਗੂ ਹੈ ਲੇਕਿਨ ਜਦੋਂ ਆ ਇੱਕ ਮੈਦਾਨ ਦੇ ਵਿੱਚ ਚੱਲਦੀ ਹੈ ਜੰਗ ਤਾਂ ਫਿਰ ਉੱਥੇ ਸਾਰੇ ਹੀ ਮਰਦੇ ਨੇ ਤਾਂ ਉਹਦਾ ਨੁਕਸਾਨ ਸਿੱਧੇ ਤੌਰ ਤੇ ਆਮ ਲੋਕਾਂ ਦਾ ਹੁੰਦਾ ਤੁਸੀਂ ਤਾਂ ਸ਼ਾਇਦ ਆਪਸ ਆਪਣੀ ਕੂਠੀਆਂ ਦੇ ਵਿੱਚ ਬੈਠਦੇ ਰਹਿੰਦੇ ਹੋ ਜਾਂ ਫਿਰ ਈਸੀਆਂ ਦੇ ਵਿੱਚ ਬੈਠਦੇ ਹੋ ਅੱਜ ਵੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਆ ਪਹਿਲਾਂ ਹੀ ਜੋ ਈਸੀਆਂ ਦੇ ਵਿੱਚ ਬੈਠੇ ਸੀ ਅੱਜ ਮਸੇ ਬਾਹਰ ਨਿਕਲੇ ਨੇ ਤਾਂ ਸ਼ਾਇਦ ਸਿਆਸਤ ਚਮਕਾਉਣ ਦੇ ਲਈ ਨਿਕਲੇ ਨੇ ਲੇਕਿਨ ਮੁੱਦੇ ਦੀ ਗੱਲ ਦੇ ਵਿੱਚ ਜੋ ਅੱਜ ਲਖੀਨਪੁਰ ਖੀਰੀ ਕੱਢਣ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਸ ਦੇ ਵਿੱਚ ਇੱਕ ਵੱਡਾ ਸਵਾਲ ਇਹੀ ਖੜਾ ਹੁੰਦਾ ਕਿ ਕੀ ਹੁਣ 8 ਦਿਨ ਯਾ ਫਿਰ ਇਸੇ ਤਰ੍ਹਾਂ ਲੋਕਤੰਤਰ ਦਾ ਕਾਣ ਹੁੰਦਾ ਰਹੇਗਾ ਸੋ ਫਿਲਹਾਲ ਇਹਨਾਂ ਹੀ ਸਾਨੂੰ ਦਿਓ ਇਜਾਜ਼ਤ ਸਸਟਰੀਕਾ